सतनाम श्री वाहिगुरु साहिब जी वाहिगुरु साहिब जी बाणी गुरु गुरु है बाणी विच बाणी अमृत सारे गुरबाणी कहे सेवक जन मन गुरबाणी कहे सेवक जन मन प्रतख गुरु निसतारे जी साइया प्रेम तेरे दा दीवा साइया प्रेम तेरे दा दीवा जी साइया प्रेम तेरे दा दीवा मेरे मन बिच जग जावे साइया प्रेम तेरे दा दीवा मेरे मन बिच जग जावे साइया प्रेम तेरे दा दीवा मेरे मन बिच जग जावे साइया प्रेम तेरे दा दीवा मेरे मन बिच जग जावे साइया प्रेम तेरे दा दीवा मेरे मन बिच जग जावे साइया प्रेम तेरे दा दीवा मेरे मन बिच जग जावे जी साइया प्रेम तेरे दा दीवा मेरे मन बिच जग जावे साइया प्रेम तेरे दा दीवा मेरे मन बिच जग जावे साइया प्रेम तेरे दा दीवा मेरे मन बिच जग जावे प्रेम तेरे दा दीवा मेरे मन बिच जग जावे साइया प्रेम तेरे दा दीवा मेरे मन बिच जग जावे साइया प्रेम तेरे दा दीवा मेरे मन बिच जग जावे मन बिच जग जावे मेरे मन बिच जग जावे मन बिच जग जावे मेरे मन बिच जग जावे मन बिच जग जावे मेरे मन बिच जग जावे मन बिच जग जावे मेरे मन बिच जग जावे जी जग जावे मेरे मन बिच जग जावे जग जावे तेरे मन बिच जग जावे हाँ मन बिच जग जावे मन बिच जग जावे हाँ मन बिच जग जावे मेरे मन बिच जग जावे मन बिच जग जावे मेरे मन बिच जग जावे मन बिच जग जावे मेरे मन बिच जग जावे मन बिच जग जावे मेरे मन बिच जग जावे मन बिच जग जावे मेरे मन बिच जग जावे साइया प्रेम तेरे दा दीवा मेरे मन बिच जग जावे
ਮਾਈਆਂ ਪ੍ਰੇਮ ਤੇਰੇ ਦਾ ਦੀਵਾ ਮੇਰੇ ਮਨ ਵਿੱਚ ਜਗ ਜਾਵੇ ਸਾਈਆਂ ਪ੍ਰੇਮ ਤੇਰੇ ਦਾ ਦੀਵਾ ਮੇਰੇ ਮਨ ਵਿੱਚ ਜਗ ਜਾਵੇ ਸਾਈਆਂ ਪ੍ਰੇਮ ਤੇਰੇ ਦਾ ਦੀਵਾ ਮੇਰੇ ਮਨ ਵਿੱਚ ਜਗ ਜਾਵੇ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਤਸੰਗ ਜੀਓ ਬੜੇ ਵੱਡੇ ਭਾਗਿਆ ਬੜੇ ਵੱਡੇ ਭਾਗ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗਾ ਸਮਾਂ ਮਿਲ ਰਿਹਾ ਆਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਦੀ ਸੀ ਝੁਕਾਈਏ ਦੋਵੇਂ ਹੱਥ ਜੋੜੀਏ ਪ੍ਰੇਮ ਦੇ ਨਾਲ ਫਤਿਹ ਦੀ ਸਾਂਝ ਪਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੀਂਹ ਪੈ ਰਿਹਾ ਹੈ ਕਈ ਵਾਰੀ ਇਹੀ ਪਰਚੇ ਹੁੰਦੇ ਸਾਡੇ ਲਈ ਜਿੱਦਾਂ ਸਤਿਗੁਰੂ ਜੀ ਦੀ ਕੋਈ ਭਗਤੀ ਕਰਦਾ ਆਪਾਂ ਇਤਿਹਾਸ ਪੜ੍ਹੀਦੇ ਨਾ ਸਤਿਗੁਰਾਂ ਦੀ ਭਗਤੀ ਕਰਦਾ ਫਿਰ ਸਤਿਗੁਰੂ ਜੀ ਪਰਖ ਕੇ ਦੇਖਦੇ ਆ ਵੀ ਪੱਕਾ ਆ ਕਿ ਕੱਚਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਦੇਖਦੇ ਹੁੰਦੇ ਇਹ ਪੰਜ ਤਰੀਕ ਦਾ ਦੀਵਾਨ ਆ ਮੀਂਹ ਪੈਂਦਾ ਆ ਸਤਿਗੁਰੂ ਜੀ ਇੱਦਾਂ ਦੇ ਸਮੇਂ ਤੇ ਵੀ ਦੇਖਦੇ ਆ ਪੱਕੇ ਕਿੰਨੇ ਕਿਤੇ ਕੱਚੇ ਕਿੰਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਕਹਿੰਦੇ ਜਿਹੜੇ ਪਿਆਰੇ ਅੰਦਰ ਪਿਆਰ ਹੁੰਦਾ ਨਾ ਪ੍ਰੀਤ ਗੁਰੂ ਦੇ ਪ੍ਰਤੀ ਉਹ ਤੇ ਕਹਿੰਦੇ ਭਾਵੇਂ ਦਰਿਆ ਚੜ ਜਾਵੇ ਉਹਦੇ ਵਿੱਚ ਦੀ ਵੀ ਲੰਘੇ ਆਉਂਦੇ ਆ ਆਪੋ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਅੱਗੇ ਵੀ ਇਹ ਧਾਰਨਾ ਲਾਈ ਸੀ ਸ਼ਾਇਦ ਪਿਛਲੀ ਵਰਸੀ ਪੰਚਮੀ ਦੇ ਵਿੱਚ ਗੁਰਸਿੱਖ ਨਦੀਆਂ ਚੀਰਦੇ ਆਉਂਦੇ ਨੇ ਗੁਰਸਿੱਖ ਨਦੀਆਂ ਚੀਰਦੇ ਆਉਂਦੇ ਨੇ ਮਿਲਣ ਪਿਆਰੇ ਨੂੰ ਗੁਰਸਿੱਖ ਨਦੀਆਂ ਚੀਰਦੇ ਆਉਂਦੇ ਨੇ ਮਿਲਣ ਪਿਆਰੇ ਨੂੰ ਗੁਰਸਿੱਖ ਨਦੀਆਂ ਚੀਰਦੇ ਆਉਂਦੇ ਨੇ ਮਿਲਣ ਪਿਆਰੇ ਨੂੰ ਗੁਰਸਿੱਖ ਨਦੀਆਂ ਪਿਆਰੇ ਨਦੀਆਂ ਚੀਰਦੇ ਆਉਂਦੇ ਨੇ ਮਿਲਣ ਪਿਆਰੇ ਨੂੰ ਗੁਰਸਿੱਖ ਨਦੀਆਂ ਚੀਰਦੇ ਆਉਂਦੇ ਨੇ ਮਿਲਣ ਪਿਆਰੇ ਨੂੰ ਮਿਲਣ ਜੀ ਨਦੀਆਂ ਚੀਰਦੇ ਆ ਚੀਰਦੇ ਆਉਂਦੇ ਨੇ ਮਿਲਣ ਪਿਆਰੇ ਨੂੰ ਗੁਰਸਿੱਖ ਨਦੀਆਂ 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 ਚੀਰਦੇ ਆਉਂਦੇ ਨੇ
मिलन प्यारे नो गुर सिखा नदिया चीर दे आंदे ने मिलन प्यारे नो जिन अंदर प्यार हुंदा ना प्यारे ਉਹਦੇ ਭਾਵੇਂ ਨਦੀਆਂ ਚੜ ਜਾਣ ਉਹਨਾਂ ਨੂੰ ਵੀ ਚੀਰ ਕੇ ਆ ਜਾਂਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਪਾਂ ਹੁਣ ਆਮ ਦਿਨਾਂ ਵਿੱਚ ਗਿਣਤੀ ਦੇਖ ਲਈਏ ਤਾਂ ਅੱਜ ਮੀਂਹ ਪੈਂਦੇ 'ਚ ਦੇਖ ਲਈਏ ਕਿੰਨਾ ਫਰਕ ਆ ਪਿਛਲੀ 5 ਤਰੀਕ ਨੂੰ ਆਪਾਂ ਸਾਖੀ ਸਰਵਣ ਕੀਤੀ ਸੀ ਭਾਈ ਲੰਗਾਹ ਦੀ ਜਿਹਦੇ ਕੋਲ ਲੱਤ ਤੋਂ ਸਹੀ ਨਹੀਂ ਸੀ ਤੁਰ ਹੁੰਦਾ ਪਰ ਰੋਜ਼ ਗੁਰੂ ਅਮਰਦਾਸ ਮਹਾਰਾਜ ਜੀ ਲਈ ਦਹੀਂ ਲੈ ਕੇ ਜਾਂਦਾ ਸੀ ਕਈ ਸਾਲ ਸੇਵਾ ਕੀਤੀ ਉਹਨੇ ਅੱਛਾ ਆਪਾਂ ਨੂੰ ਲੱਗਦਾ ਹੋ ਕਿ ਜਦੋਂ ਮੀਂਹ ਪੈਂਦਾ ਹੋ ਨਾਗਾ ਪਾ ਲੈਂਦਾ ਹੋ ਆਪ ਸਤਨਾਮ ਸ਼੍ਰੀ ਵਾਹਿਗੁਰੂ ਉਹ ਤਾਂ ਨਹੀਂ ਨਾਗਾ ਪਾਉਂਦਾ ਹੋ ਕਿਉਂਕਿ ਉਹਦੀ ਅੰਦਰੋਂ ਪ੍ਰੀਤ ਆ ਉਹ ਕਹਿੰਦਾ ਭਾਵੇਂ ਮੀਂਹ ਹੋਵੇ ਚਾਹੇ ਹਨੇਰੀ ਹੋਵੇ ਚਾਹੇ ਕੜਾਕੇ ਦੀ ਧੁੱਪ ਲੱਗੀ ਹੋਵੇ ਮੇਰਾ ਨੇਮ ਆ ਰੋਜ਼ ਸਤਿਗੁਰੂ ਜੀ ਲਈ ਦਹੀਂ ਲੈ ਕੇ ਜਾਣਾ ਉਹਦਾ ਨੇਮ ਬਣ ਗਿਆ ਨਿੱਤ ਦਾ ਨੇਮ ਉਹ ਤੇ ਰੋਜ਼ ਹੀ ਜਾਂਦਾ ਅਸੀਂ ਮਹੀਨੇ ਬਾਅਦ ਆਉਣਾ ਹੁੰਦਾ ਅੱਛਾ ਗੁਰੂ ਅਮਰਦਾਸ ਮਹਾਰਾਜ ਜੀ ਨੇ 12 ਸਾਲ ਗਾਗਰ ਦੀ ਸੇਵਾ ਕੀਤੀ ਖਡੂਰ ਸਾਹਿਬ ਦਾ ਤੇ ਗੋਇੰਦਵਾਲ ਸਾਹਿਬ ਦਾ ਫਰਕ ਕਿੰਨਾ ਆ ਉਹ 12 ਸਾਲਾਂ ਵਿੱਚ ਪਤਾ ਨੀ ਕਿੱਦਾਂ ਕਿੱਦਾਂ ਦੇ ਮੌਸਮ ਆਏ ਹੋਣੇ ਆ ਪਰ ਉਹ ਕਹਿੰਦੇ ਜਿਹੜਾ ਨਿੱਤ ਦਾ ਨੇਮ ਆ ਉਹ ਤੋੜਨਾ ਨੀ ਚਾਹੀਦਾ ਆਪਣਾ ਸਤਨਾਮ ਸ਼੍ਰੀ ਵਾਹਿਗੁਰੂ ਜਿੱਦਾਂ ਹੁਣ ਮੀਂਹ ਪੈ ਰਿਹਾ ਇਤਿਹਾਸ ਜਦੋਂ ਪੜ੍ਹੀਦਾ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਨਾ ਜੋ ਸਰਸਾ ਦੇ ਕਿਨਾਰੇ ਤੇ ਆਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੀਂਹ ਉਦੋਂ ਵੀ ਇੱਦਾਂ ਪੈ ਰਿਹਾ ਸੀ ਆਪਣਾ ਸਤਨਾਮ ਸ਼੍ਰੀ ਵਾਹਿਗੁਰੂ ਉਦੋਂ ਛੱਤ ਤਾਂ ਨੀ ਸੀ ਪਿਆਰੇ ਕੋਈ ਛੱਤ ਨੀ ਸੀ ਉੱਥੇ ਸਰਸਾ ਦੇ ਕਿਨਾਰੇ ਤੇ ਵੀ ਉੱਥੇ ਹਾਂ ਵੀ ਇਸਨੇ ਸ਼ੋਰ ਸੀ ਉੱਥੇ ਬਹਿ ਗਈ ਸਾਰੀ ਸੰਗਤ ਨਹੀਂ ਲੱਖਾਂ ਦੀ ਫੌਜ ਆ ਰਹੀ ਆ ਜਾਲਮਾਂ ਦੀ ਅੱਗੋਂ ਸਰਸਾ ਦਾ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਅੰਮ੍ਰਿਤ ਵੇਲਾ ਹੋ ਗਿਆ ਆਪਾਂ ਨਿਤਨੇਮ ਕਰ ਲਈਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਿਤਨੇਮ ਫੇਰ ਵੀ ਨਹੀਂ ਛੱਡਿਆ ਕਹਿੰਦੇ ਭਾਵੇਂ ਮੀਂਹ ਪਈ ਜਾਂਦਾ ਨਿਤਨੇਮ ਥੋੜ੍ਹਾ ਛੱਡਣਾ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਂ ਕਿਸੇ ਵੀ ਸਤਿਗੁਰੂ ਜੀ ਦੀ ਗੱਲ ਆਈਏ ਉਹਨਾਂ ਨੇ ਆਪਣੇ ਤੇ ਢਾਲ ਕੇ ਦੱਸਿਆ ਕਿ ਪਿਆਰਿਆ ਤੂੰ ਨਿਤਨੇਮ ਵਿੱਚ ਪੱਕਾ ਹੋਣਾ ਕਿੱਦਾਂ ਨਿਤਨੇਮ ਉਹਨੂੰ ਕਿਹਾ ਜਾਂਦਾ ਚਾਹੇ ਮੀਂਹ ਆ ਚਾਹੇ ਹਨੇਰੀ ਆ ਜੋ ਮਰਜ਼ੀ ਹੋਵੇ ਤੇਰੇ ਨਿਤਨੇਮ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਮਹਾਂਪੁਰਖ ਦੱਸਦੇ ਹੁੰਦੇ ਕਹਿੰਦੇ ਜਦੋਂ ਟਰਾਲੀਆਂ ਦੇ ਵਿੱਚ ਯਾਤਰਾ ਕਰਨ ਜਾਈਦੀ ਸੀ ਨਾ ਉਦੋਂ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਨੇ ਹੁਣ ਅਸੀਂ ਆਪਣੇ ਸਾਧਨਾਂ ਤੇ ਜਾਣ ਲੱਗ ਪਏ ਇੱਥੋਂ ਕੋਈ ਫਤਿਹਗੜ੍ਹ ਸਾਹਿਬ ਜਾਂਦਾ ਕੋਈ ਅਨੰਦਪੁਰ ਸਾਹਿਬ ਜਾਂਦਾ ਕੋਈ ਚਮਕੌਰ ਸਾਹਿਬ ਜਾਂਦਾ ਪਰ ਜਿੱਥੇ ਪਰਿਵਾਰ ਦਾ ਵਿਛੋੜਾ ਪਿਆ ਉਹਦਾ ਹੁਣ ਚੇਤਾ ਭੁੱਲ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਚੇਤਾ ਭੁੱਲ ਗਿਆ ਪਰ ਉਹ ਥਾਂ ਪਿਆਰੇ ਉਹ ਵਾਜਾਂ ਅੱਜ ਵੀ ਮਾਰਦੀ ਹੈ ਜਿੱਥੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਵਾਂ ਜਿੱਥੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਵੀਂ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਵੇ ਜਿੱਥੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਵੇ ਜਿੱਥੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਵੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਵੇ ਉਹ ਥਾਂ ਅੱਜ ਵੀ ਪਿਆਰਿਓ ਕਹਿੰਦਾ ਆ ਐ ਜਾਣ ਵਾਲਿਆ ਰਾਈਆ ਮੇਰਾ ਦਰਦ ਵੰਡਾ ਕੇ ਜਾਵੀਂ ਜਾਣ ਵਾਲਿਆ ਰਾਈਆ ਮੇਰਾ ਦਰਦ ਵੰਡਾ ਕੇ ਜਾਵੀਂ ਜਾਣ ਵਾਲਿਆ ਰਾਈਆ ਮੇਰਾ ਦਰਦ ਵੰਡਾ ਕੇ ਜਾਵੀਂ
ਵਾਲਿਆ ਰਾਇਆ ਮੇਰਾ ਦਰਦ ਬੰਦਾ ਕੇ ਜਾਣੀ ਜਾਨ ਵਾਲਿਆ ਰਾਇਆ ਮੇਰਾ ਦਰਦ ਬੰਦਾ ਕੇ ਜਾਵੇ ਜਾਨ ਵਾਲਿਆ ਰਾਇਆ ਮੇਰਾ ਦਰਦ ਬੰਦਾ ਕੇ ਜਾਵੇ ਹਾਂ ਦਰਦ ਬੰਦਾ ਕੇ ਜਾਵੀ ਮੇਰਾ ਦਰਦ ਬੰਦਾ ਕੇ ਜਾਵੀ ਦਰਦ ਬੰਡਾ ਕੇ ਜਾਵੇ ਮੇਰਾ ਦਰਦ ਬੰਡਾ ਕੇ ਜਾਵੇ ਜੀ ਦਰਦ ਬੰਡਾ ਕੇ ਜਾਵੀ ਮੇਰਾ ਦਰਦ ਬੰਡਾ ਕੇ ਜਾਵੀ ਹਾਂ ਦਰਦ ਬੰਡਾ ਕੇ ਜਾਵੇ ਮੇਰਾ ਦਰਦ ਬੰਡਾ ਕੇ ਜਾਵੇ ਹਾਂ ਦਰਦ ਬੰਡਾ ਕੇ ਜਾਵੇ ਮੇਰਾ ਦਰਦ ਬੰਡਾ ਕੇ ਜਾਵੇ ਜਾਣ ਵਾਲਿਓ ਰਾਇਆ ਮੇਰਾ ਦਰਦ ਵੰਡਾ ਕੇ ਜਾਇਓ ਹੈ ਜਾਣ ਵਾਲਿਓ ਰਾਇਓ ਮੇਰਾ ਦਰਦ ਵੰਡਾ ਕੇ ਜਾਇਓ ਜਾਣ ਵਾਲਿਓ ਰਾਇਓ ਮੇਰਾ ਦਰਦ ਵੰਡਾ ਕੇ ਜਾਇਓ ਹੈ ਜਾਣ ਵਾਲਿਓ ਰਾਇਓ ਮੇਰਾ ਦਰਦ ਵੰਡਾ ਕੇ ਜਾਇਓ ਮੇਰਾ ਦਰਦ ਵੰਡਾ ਕੇ ਜਾਇਓ ਜਾਨ ਵਾਲਿਓ ਰਾਇਓ ਮੇਰਾ ਦਰਦ ਵੰਡਾ ਕੇ ਜਾਇਓ ਜਿੱਥੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਇਓ ਜਿੱਥੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਇਓ ਜਿੱਥੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਇਓ ਜਿੱਥੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਇਓ ਜਿੱਥੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਇਓ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਇਓ ਇਹ ਜਾਣ ਵਾਲਿਓ ਰਾਇਓ ਸਾਡਾ ਦਰਦ ਵੰਡਾ ਕੇ ਜਾਇਓ ਜਿੱਥੇ ਪਿਆ ਪਰਿਵਾਰ ਵਿਛੋੜਾ ਉੱਥੇ ਸੀਸ ਝੁਕਾ ਕੇ ਜਾਇਓ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਉਹ ਆਖਰੀ ਥਾਂ ਆ ਜਿੱਥੇ ਸਤਿਗੁਰੂ ਜੀ ਦਾ ਸਾਰਾ ਪਰਿਵਾਰ ਇੱਕ ਜਗ੍ਹਾ ਤੇ ਇਕੱਠਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਕੀਤਾ ਉਸ ਸਮੇਂ ਚਾਰੇ ਸਾਹਿਬਜ਼ਾਦੇ ਵੀ ਬੈਠੇ ਆ ਮਾਤਾਵਾਂ ਵੀ ਬੈਠੀਆਂ ਆ ਮਾਂ ਗੁਜਰੀ ਵੀ ਬੈਠੀ ਆ ਪਰ ਥੋੜਾ ਹੀ ਸਮਾਂ ਬੀਤਦਾ ਸਤਿਗੁਰੂ ਜੀ ਦਾ ਪਰਿਵਾਰ ਖੇਰੂ ਖੇਰੂ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਈ ਖਜ਼ਾਨੇ ਸਰਸਾ ਦੇ ਪਾਣੀ ਵਿੱਚ ਰੁੜ ਜਾਂਦੇ ਆ ਸਤਿਗੁਰੂ ਜੀ ਦੇ ਕਈ ਹੱਥ ਲਿਖਤ ਗ੍ਰੰਥ ਵੀ ਸਰਸਾ ਰੁੜ ਕੇ ਲੈ ਗਏ ਇੱਥੇ ਬਸ ਨਹੀਂ ਸਤਿਗੁਰੂ ਜੀ ਦੇ ਜਾਨੋਂ ਵੱਧ ਪਿਆਰੇ ਕਈ ਸਿੰਘ ਸਰਸਾ ਦੇ ਪਾਣੀ ਦੇ ਵਿੱਚ ਹੀ ਸ਼ਹੀਦ ਹੋ ਗਏ ਰੁੜ ਗਏ ਤੇ ਜਦੋਂ ਪਾਰ ਹੋਏ ਨਾ ਜਿਹੜੇ ਜਿਹੜੇ ਪਿਆਰੇ ਤੇ ਉਹਨਾਂ ਵਿੱਚ ਸਤਿਗੁਰੂ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਇੱਕ ਹਿੱਸਾ ਹੋਇਆ ਭਾਈ ਮਨੀ ਸਿੰਘ ਜੀ ਤੇ ਸਤਿਗੁਰੂ ਜੀ ਦੇ ਮਹਿਲ ਮਤਾਵਾਂ ਆਪਣੀਆਂ ਮਤਾਵਾਂ ਲੱਗਦੀਆਂ ਤੇ ਸਤਿਗੁਰੂ ਜੀ ਦੀਆਂ ਸੁਪਤਨੀਆਂ ਇੱਕ ਹਿੱਸਾ ਹੋਇਆ ਮਾਂ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਬਾਬਾ ਫਤਿਹ ਸਿੰਘ ਜੀ ਅੱਛਾ ਜੀ ਇੱਕ ਹਿੱਸਾ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਤੇ ਜਦੋਂ ਪਾਰ ਹੋਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਬੜੇ ਹੋ ਗਏ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸੀ ਤੇ ਭਾਈ ਬਚਿੱਤਰ ਸਿੰਘ ਉਦੋਂ ਜ਼ਾਲਮਾਂ ਦੇ ਨਾਲ ਜੂਝ ਰਹੇ ਸੀ ਆਪਾਂ ਇਹ ਸਾਖੀ ਬੜੀ ਵਾਰੀ ਸੁਣੀ ਦੀ ਹੈ ਨਾ ਭਾਈ ਬਚਿੱਤਰ ਸਿੰਘ ਨੇ ਨਾਗਣੀ ਮਾਰੀ ਹਾਥੀ ਦੇ ਮੱਥੇ ਦੇ ਵਿੱਚ ਪਰ ਮੁੜ ਕੇ ਕੀ ਬਣਿਆ ਉਹਦੀ ਖੋਜ ਘੱਟ ਕੀਤੀ ਅਸੀਂ ਉੱਥੇ ਤੇ ਯੁੱਧ ਹੋਇਆ ਸਰਸਾ ਦੇ ਕਿਨਾਰੇ ਇਹ ਜ਼ਖਮੀ ਬਹੁਤੇ ਹੋ ਗਏ ਸਰਸਾ ਪਾਰ ਤੇ ਹੋ ਗਿਆ ਪਰ ਜ਼ਖਮੀ ਇੰਨੇ ਸੀ ਬੇਹੋਸ਼ ਹੋ ਗਏ
गुरु गोबिंद सिंह महाराज जी प्यारियां नूं कहण लगे कहिंदे वी भाई बचित्र सिंह नूं मोढ़ियां ते चक लो ते जिथे हुण गुरद्वारा भट्ठा साहिब आ उहदे कोल सतगुरु जी दा इक प्यारा रहिंदा सी निहंग खां मुसलमान सी हुण अपने मन विच कई वारी आ जांदा ना फलाना हिंदू सी फलाना ब्राह्मण सी उहने आ कीता नहीं जिन्हें गलत कीता उह धर्मी हुंदा ही नहीं साहबजादे जी मुसलमान ने दीवार चिड़ते नहीं जे मुसलमान होंगे फिर चिड़ने ही नहीं दीवार ने आखो सतना जे मुसलमान होंगे उन्होंने दीवार चिड़ने नहीं जे हिंदू हुंदा गंगू ब्राह्मण हुंदा गंगू अंदरों ते फिर उन्हें शिकायत नहीं सी लानी आखो सतना श्री वाहिगुरु ਸਾਡੇ ਫਿਰ ਮਨ ਵਿੱਚ ਅੱਜ ਤੱਕ ਵੀ ਉਹੀ ਭੁਲੇਖੇ ਪਏ ਮੁਸਲਮਾਨਾਂ ਨੂੰ ਭੰਡੀ ਜਾਣਾ ਹਿੰਦੂ ਪੀਰਾਂ ਨੂੰ ਭੰਡੀ ਜਾਣਾ ਮਹਾਂਪੁਰ ਕਹਿੰਦੇ ਹੁੰਦੇ ਸੀ ਪਿਆਰਿਓ ਉਹ ਧਰਮੀ ਹੈ ਹੀ ਨਹੀਂ ਜਿਹੜਾ ਗਲਤ ਕੰਮ ਕਰੀ ਜਾਂਦਾ ਉਹ ਭਾਵੇਂ ਸਿੱਖਾਂ ਦੇ ਵਿੱਚ ਹੋ ਕੇ ਕੋਈ ਗਲਤ ਕੰਮ ਕਰਦੇ ਵੀ ਉਹ ਸਿੱਖ ਹੀ ਨਹੀਂ ਗਾ ਹੁਣ ਸਤਿਗੁਰੂ ਜੀ ਨਾਲ ਪਿਆਰ ਕਰਨ ਵਾਲੇ ਮੁਸਲਮਾਨ ਫਕੀਰ ਕਿੰਨੇ ਸੀ ਪੀਰ ਬੁੱਧੂ ਸ਼ਾਹ ਸਾਈਂ ਮੀਆਂ ਮੀਰ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਜੀ ਦੀ ਨੀਂਹ ਰੱਖੀ ਹੈ ਨਿਹੰਗ ਖਾਂ ਸਤਿਗੁਰੂ ਜੀ ਦਾ ਪਿਆਰਾ ਸੀ ਤੇ ਸਤਿਗੁਰੂ ਜੀ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਂ ਦੇ ਘਰ ਲੈ ਗਏ ਉਹ ਹੁਣ ਤਿਆਰੀਆਂ ਕਰ ਰਹੇ ਕਿ ਸਤਿਗੁਰੂ ਜੀ ਨੂੰ ਸੋਹਣਾ ਆਸਣ ਲਾ ਕੇ ਬਿਠਾਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਆ ਸਤਿਗੁਰੂ ਜੀ ਕਹਿੰਦੇ ਨਹੀਂ ਵੀ ਅਸੀਂ ਰੁਕਣਾ ਨੀਗਾ ਇੱਕ ਸੇਵਾ ਤੈਨੂੰ ਲਾ ਕੇ ਜਾਣੀ ਆ ਸਤਿਗੁਰੂ ਜੀ ਹੁਕਮ ਕਰੋ ਕਹਿੰਦੇ ਆਹ ਸਾਡਾ ਪਿਆਰਾ ਸਿੱਖ ਆ ਭਾਈ ਬਚਿੱਤਰ ਸਿੰਘ ਇਹਦੇ ਨਾਲ ਸਾਡਾ ਬਹੁਤ ਪਿਆਰ ਆ ਸਾਡੇ ਲਈ ਜਾਨਵਰ ਨੂੰ ਤਿਆਰ ਹੋ ਗਿਆ ਸੀ ਹਾਥੀ ਨਾਲ ਲੜਿਆ ਸੀ ਸਾਡੇ ਇੱਕ ਇਸ਼ਾਰੇ ਤੇ ਇਹ ਜ਼ਖਮੀ ਬਹੁਤਾ ਹੋਇਆ ਪਿਆਰਿਆ ਤੇਰੇ ਘਰ ਇਹਨੂੰ ਛੱਡ ਕੇ ਜਾਣਾ ਜਿੰਨਾ ਹੋ ਸਕੇ ਇਲਾਜ ਕਰੀ ਕਹਿੰਦਾ ਜੀ ਸਤ ਵਚਨ ਸਤਿਗੁਰੂ ਜੀ ਚਲ ਗਏ ਉੱਥੋਂ ਚਮਕੌਰ ਸਾਹਿਬ ਦੀ ਗੜੀ ਵੱਲ ਨੂੰ ਤੇ ਕਿਸੇ ਨੇ ਸ਼ਿਕਾਇਤ ਲਾ ਦਿੱਤੀ ਜਾਲਮਾਂ ਨੂੰ ਜਾ ਕੇ ਕਹਿੰਦੇ ਨਿਹੰਗ ਖਾਂ ਦੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਆ ਉਹਨੇ ਨਿਕਲਦੇ ਦੇਖੇ ਨੀ ਨਾ ਅੰਦਰ ਵੜਦੇ ਦੇਖ ਲਏ ਹੁਣ ਸਾਰੀ ਫੌਜ ਜਿਹੜੀ ਸੀ ਲੱਖਾਂ ਦੀ ਗਿਣਤੀ ਵਿੱਚ ਨਿਹੰਗ ਖਾਂ ਦੇ ਘਰ ਵੱਲ ਨੂੰ ਆ ਗਈ ਹੁਣ ਦੇਖਿਓ ਪਿਆਰਿਆਂ ਦਾ ਇਤਿਹਾਸ ਜਦੋਂ ਪਤਾ ਲੱਗਾ ਨਾ ਨਿਹੰਗ ਖਾਂ ਨੂੰ ਫੌਜਾਂ ਇੱਧਰ ਆ ਰਹੀਆਂ ਜਿਹੜੇ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਨੂੰ ਲੰਮਾ ਪਾਇਆ ਸੀ ਉਸ ਕਮਰੇ ਦੇ ਵਿੱਚ ਆਪਣੀ ਧੀ ਨੂੰ ਕਹਿੰਦਾ ਧੀਏ ਇੱਥੇ ਚੱਲ ਜਾ ਤੇ ਅੰਦਰ ਕੁੰਡਾ ਲਾ ਲਾ ਉਹਦਾ ਨਾਂ ਸੀ ਮੁਮਤਾਜ ਕਹਿੰਦੀ ਠੀਕ ਹੈ ਪਿਤਾ ਜੀ ਫੌਜਾਂ ਆਈਆਂ ਅੰਦਰ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਤੇਰੇ ਘਰ ਆਏ ਆ ਕਹਿੰਦੇ ਵੀ ਨਹੀਂ ਉਹ ਤੇ ਇਸ ਸਮੇਂ ਹੈ ਹੀ ਨਹੀਂ ਇੱਥੇ ਉਹ ਕਹਿੰਦੇ ਸਾਨੂੰ ਪਤਾ ਲੱਗਾ ਸੀ ਤਲਾਸ਼ੀ ਲੈਣੀ ਆ ਕਹਿੰਦੇ ਲੈ ਲੈ ਹੁਣ ਉਹ ਸਾਰੇ ਘਰ ਦੀ ਤਲਾਸ਼ੀ ਲੈਣ ਲੱਗ ਪਏ ਨਿਹੰਗ ਖਾਂ ਦਰਵਾਜ਼ੇ ਦੇ ਸਾਹਮਣੇ ਹੱਥ ਜੋੜ ਕੇ ਖੜਾ ਤੇ ਬਾਜਾਂ ਵਾਲੇ ਪਿਤਾ ਨੂੰ ਅਰਦਾਸ ਕਰ ਰਿਹਾ ਕਹਿੰਦਾ ਸਤਿਗੁਰੂ ਜੀ ਕਿਰਪਾ ਕਰਿਓ ਜੇ ਹੁਣ ਸੇਵਾ ਸੌਂਪ ਕੇ ਗਏ ਭਾਈ ਬਚਿੱਤਰ ਸਿੰਘ ਦੀ ਤੇ ਕਿਰਪਾ ਕਰਿਓ ਇਹਨਾਂ ਨੂੰ ਪਤਾ ਨਾ ਲੱਗੇ ਭਾਈ ਬਚਿੱਤਰ ਸਿੰਘ ਦਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਤੱਕਿਆ ਆਸਰਾ ਮੈਂ ਤੇਰਾ ਬਾਕੀ ਸਭ ਢਾਈਆਂ ਢੇਰੀਆਂ ਬਾਕੀ ਸਭ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਮੈਂ ਤੇਰਾ ਬਾਕੀ ਸਭ ਢਾਈਆਂ ਢੇਰੀਆਂ ਬਾਕੀ ਸਭ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਮੈਂ ਤੇਰਾ ਬਾਕੀ ਸਭ ਢਾਈਆਂ ਢੇਰੀਆਂ ਬਾਕੀ ਸਭ ਢਾਈਆਂ ਢੇਰੀਆਂ ਜੀ ਇੱਕ ਤੱਕਿਆ ਹਾਂ ਇੱਕ ਤੱਕਿਆ ਆਸਰਾ ਮੈਂ ਤੇਰਾ ਬਾਕੀ ਸਭ ਢਾਈਆਂ ਢੇਰੀਆਂ ਬਾਕੀ ਸਭ ਢਾਈਆਂ ਢੇਰੀਆਂ ਇੱਕ ਤੱਕਿਆ ਜਪੋ ਆਸਰਾ ਮੈਂ ਤੇਰਾ ਬਾਕੀ ਸਭ ਢਾਈਆਂ ਢੇਰੀਆਂ ਬਾਕੀ ਸਭ ਢਾਈਆਂ ਢੇਰੀਆਂ ਇੱਕ ਤੱਕਿਆ ਇੱਕ ਤੱਕਿਆ ਆਸਰਾ ਮੈਂ ਤੇਰਾ ਬਾਕੀ ਸਭ ਢਾਈਆਂ ਢੇਰੀਆਂ
बाकी सब जाना तेरिया। हाथ जोड़ के खड़ा सारे घर की तलाशी ले ली। फिर कहन लगे कहिंदे भी आ दरवाजा भी खोल। कहिंदे भी यह दरवाजा तो अंदरों लगा होया। कहिंदे क्यों? कहिंदे इस कमरे दे विच मेरे धी जवाई पई है। आखो सतनाम श्री वाहिगुरु। कहिंदे जे चौने ते खुला दिना तो कहिंदे चलो रहन दो। इदां सतगुरु जी ने मन बदलता, वो चल गया घरों। निहंग खां ने दरवाजा खड़काया, अंदर दी धी मुमताज निकली, अखां जल नाल भरिया हुई। निहंग खां कहिंदा धीए रोंदी कातों आ? कहिंदे जी बचित्र सिंह जी चढ़ाई कर गए। आखो सतनाम श्री वाहिगुरु। शहीद हो गए। उन्होंने अंतम संस्कार किया। देख लो मुसलमान वीर से दबिया नहीं, उन्होंने अंतम संस्कार किया। जदों वापस घर आए तो निहंग खां दी धी कहिंदी, कहिंदी पिता जी एक बेनती कर ली है। कहिंदे दस दीए। कहिंदे तुहाडी मैं आवाज सुनी सी जदों सिपाही पुछदे सीगे ना भी अंदर कौन है, तुसीं कहा जी धी जवाई। जे तुहाडा जवाई है तो फिर मेरे घर वाला है विचित्र सिंह। मेरी बेनती यह है कि हुण मेरा कितने निकाह ना करियो, ब्याह ना करियो, क्योंकि जिहड़ा मेरा पति है वह शहीद हो गया है। आखो सतनाम श्री वाहिगुरु। वह शहीद हो चुका है। तो इतिहास दसदा कहिंदे उन्हें फिर ब्याह नहीं कराया। देखो सतगुरु जी दे प्यार दे किड्डे किड्डे इतिहास आ। जिथे सतगुरु जी दे प्यार दी गल आउंदी उत्थे ना जात दी गल आउणी ना होर धर्म दी गल आउणी। सतगुरु जी ना सारे प्यार करदे क्योंकि आप कह रहे ना, कहिंदे साच कहो सुन ले हो सभै जिन प्रेम कियो तिन ही प्रभु पायो। कहिंदे सारिया ने एक ही गल आ, रब उन्हें पाया जिन्हें रब नू प्यार कीता। चाहे वह मुसलमान वीर आ, चाहे हिंदू वीर आ, चाहे सिख वीर आ, चाहे क्रिश्चन वीर आ, रब नू उही पा सकदा जिहड़ा रब नाल प्यार करन लग पिया अंदरों। फिर सतगुरु जी चमकौर साहब गए। आपां नूं सारिआं नूं पता कि सतगुरु जी दी अखां दे सामने साहिबजादे शहीद होए आ। सतगुरु जी दी अखां दे सामने जानों वध प्यारे गुरसिख प्यारे उह शहीद हो गए। फिर पंज प्यारिआं ने हुक्म कीता गुरु गोबिंद सिंह महाराज जी नूं, सतगुरु जी साडा हुक्म आ कि तुसीं इत्थों चले जाओ। फिर सतगुरु जी कहिंदे भी तुहाडा हुक्म मोड़ नहीं सकदे, पर असीं चुप चुपीते नहीं जाणा, असीं दस के जावांगे। फिर सतगुरु जी ने दस्सिया कि हिंद दा पीर सिखां दा गुरु जा रिहा, भी जे किसी विच हिम्मत होवे रोक सकदा। फिर ताड़ी भी मारी। उह सारे गुरुद्वारे सब बणे होए आ। फिर जदों तुरन लगे ते प्यारे दया सिंह जी थोड़ी बाट नाल गए आ। सतगुरु जी ने रोकता सी, कहिंदे प्यारे इत्थों तुसीं परे हो जाओ, असीं कल्लिआं नहीं जाणा, तुसीं फलानी जगह ते आ के सानूं मिलणा, आ तारिआं दी सेध नूं तुरे आउणा। सतगुरु जी ने जोड़ा ला लिया। कहिंदे सतगुरु जी जोड़ा कातों ला लिया? कहिंदे भी इत्थे जिन्ने प्यारे शहीद होए आ ना, उहनां दे केस हिल रहे होणे आ, मैं नहीं चाहुंदा मेरा जोड़ा मेरी जुत्ती उहनां दे केसां दे उपर आ जावे। आखो सतनाम श्री वाहिगुरु। मेरा जिहड़ा जोड़ा उहनां दे केसां दे उपर आवे। ते सतगुरु जी दा तुरे जांदे प्यारे दया सिंह जी नाल आ। इदां बाबा अजीत सिंह ते जुझार सिंह जी दे शरीर पए आ, ते सतगुरु जी इदां सिद्धे सामणे देख रहे ते इदां ही लंघ गए। देख के अणडिठ कीता। उत्थे प्यारे दया सिंह जी कहिंदे सतगुरु जी आ गल गलत आ, अज तक तुसीं गलत कुछ नहीं कीता, पर इत्थे लग रिहा कि इदां नहीं होना चाहीदा, तुहानूं इदां नहीं लंघना चाहीदा। सतगुरु जी कहिंदे क्यों? कहिंदे जी तुहाडे साहिबजादे आ, तुहाडी गोदी विच खेडे आ, तुसीं इन्ना प्यार कीता तुसीं सिद्धे ही लंघी जाने। कहिंदे की करां? बाजां वाले पिता कहिंदे भी दस वे की करां? कहिंदे जी आ देखो उदां ही शरीर पए आ, इहनां नूं ढकणा चाहीदा, इहनां ते कपड़ा पाउणा चाहीदा। अत दा कोई गरीब होवे, कोई दुनिया तो चलिया जावे, वो भी कफन तो बगैर नहीं गया, तुहाडे साहिबजादे कफन तो बगैर पे। सतगुरु जी कहिंदे जे मेरे साहिबजादे कफन तो बगैर पे, ते जिहड़े मेरे इक इशारे ते जाना वार गए, वो भी कफन तो बगैर ही पे। आखो सतनाम श्री वाहिगुरु। दया सिंह जी कहण लगे सतगुरु जी मैं अपने दस्तार दे टोटे करके इहनां ते दे दियां। गुरु गोबिंद सिंह महाराज जी कहिंदे जे सारिआं ते देण नूं हैगे, फिर सारिआं ते दे दे, ते इहनां ते वी।
जे इन्हां दोनों लई आ तां फिर ना दई। कहिंदे जी क्यों? कहिंदे कल नूं इतिहास की कहूगा कि गुरु गोबिंद सिंह जी ने पुत्तां विच ते सिखां विच फर्क कीता। आखो सतनाम श्री वाहिगुरु। सतगुरु जी ने सारियां गल्लां समझाईयां पर वह गुरसिख प्यारे आ जिहड़े समझ लैंदे सी। साडा हाल पता की आ, गुरबाणी अज भी समझाई जांदी, असीं फिर भी नहीं समझदे। आखो सतनाम श्री वाहिगुरु। जिहड़ी गुरबाणी आ गुरु दे बोल रही आ, गुरु दे वचन आ, उह ते अज भी समझा रही आ। गुरु गोबिंद सिंह महाराज जी उत्थों गए फिर पूर्ण मसंद दे कोल, उत्थों फिर अगे गए सतगुरु जी माशीवाड़े दे जंगल दे विच टेंट दा सराहना ला के लम्मे पए आ। जिहड़ा अजामा पाया होया ना कपड़े ते लीरो लीर होए आ, चरणा विच लहू निकल रहा है, सारे शरीर ते झरीटां लगियां होईयां। सतगुरु जी सौंदे नहीं कदे भी, पर कवि जदों कलमबद्ध करदा उह कई कुछ लिख दिंदा। वो कहिंदा कि सतगुरु जी इन्ने सोहणे सोहणे आसना ते तुसी आराम करदे सी, अज कंडियां ते तुहानू नींद किद्दां आ गई। आखो सतनाम श्री वाहिगुरु। तैनू कंडियां ते नींद किवें आ गई, महिला विच रहण वाले तैनू कंडियां ते नींद किवें आ गई, महिला विच रहण वाले प्यारे दया सिंह जी, धर्म सिंह जी, प्यारे एक हो रहे भाई मान सिंह जी, ये जो पहुंचे ना सतगुरु जी आराम कर रहे हैं, इन्हां दी अखां विच उजाला आ गया कि सतगुरु जी इन्ने सोहणे सोहणे आसनां ते आराम करदे सी, अज सारे शरीर विच लहू वग रहा है, चरणां विच लहू वग रहा है, पर सतगुरु जी आनंद विच लम्मे पए आ, आनंद विच। सतगुरु जी ने इन्हां दी आवाज सुनी, नेत्र खोले, कहिंदे आ गए प्यारे, इन्हां दीआं धारां निकल गईआं, कहिंदे सतगुरु जी आ गए साडे नाल, साडे ते इन्ना कु वी दुख आ जिवें असीं रब नूं उलांभे देईदे। तुसीं ते आप रब आ, तुसीं किहनूं उलांभे दोगे? कहिंदे नहीं प्यारिया, मैं ते उहदे गीत गा रहा आ। कहिंदे जी किहड़े गीत?
मित्र प्यारे ने हाल मुरीदां दा कहना दुध बिन रोग रजाइया दे उड़न नाग निवासां दे रहना सूल सुराही खंजर प्याला बिंग कसाइया दे सहना चारड़े दासन सत्थर चंगा भट खेड़िया दे रहना गुलाबे पंजाबे दा खूह आ जी माछी वाड़े जिथे गुरद्वारा साहब बनिया उन्होंने जो पता लगा सतगुरु जी के चरणों में आए सतगुरु जी आ जाओ तुहाडे लई सोहणे आसन लाए हुए तुसीं उसे आराम करो घर चलदे आ सतगुरु जी कहते आ सानू सत्थर वधिया सत्थर पता किनू कहते जमीन का पछाणा लम्मे पै जाना थले उहनू सत्थर कहते हैं प्यारे दया सिंह जी कहते सतगुरु जी इन्ने प्यार नाल कह रहे आ चलदे आ सतगुरु जी कहते उस यार ने भाव के मेरे मालक ने जिहड़ा इत्थे आसन लाया ना सत्थर थले यह सानू वधिया लगता सत्थर चंगा जी यारड़े दा 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 साडा पठ खेड़ियां दा रहना प्यारिया यारड़े दा हां सत्थर चंगा जी यारड़े दा चंगा जी यारड़े दा साडा पठ खेड़िया रहना प्यारिया यारड़े दा पत्थर चंगा जी यारड़े दा प्यारे दया सिंह जी कहते सतगुरु जी वो तो ठीक है तुसी आराम भी करते सी इत्थे सारा कुछ ठीक है पर कृपा करो हुण गुलाबा ते पंजाबा कह रहे घर जाण नूं चले जाओ आपां चलदे उत्थे सतगुरु जी कहिंदे चले ते जाने तुहाडे कहे ते पर असीं इहनां कोल नहीं चले असीं होर किसे नूं मिलण चले आ आखो सतनाम श्री वाहिगुरु कहिंदे जी सतगुरु जी कहते चले जाने पर गल ये असू नहीं वास्ते नहीं चले किसी होर चले हम प्यारे दया सिंह जी कहते सतगुरु जी की लीला कहते सतगुरु जी चलो होर वास्ते भी चले चले तो चलो हम सतगुरु जी को तुरया नहीं जाता कहते सतगुरु जी के प्यारे इन्हें मोढ़िया से लैके गए पैर में छाले पे हुए आ मोढ़िया ते लैके गया सतगुरु जी नूं कहिंदे सतगुरु जी पहला इशनान कर लो सतगुरु जी कहिंदे ठीक आ जदों कहिंदे वस्त्र उतारे ना ते नाल चिंबड़े हुए आ शरीर दे खून निकल निकल के नाल चिंबड़े आ पहला वस्त्रां समेत कोसा पाणी सतगुरु जी ते पाया फिर जदों चोला लाया ना थले कमर कसा कीता सी प्यारे दया सिंह जी कहिंदे उह नाल रहिंदे सी ना सदा ही कहिंदे सतगुरु जी असी सदा ही तुहाडे नाल रहिंदे तुसी उपर ते कमर कसा लाउने आ थले क्यों लाया होया आखो सतनाम श्री वाहिगुरु कहिंदे थले क्यों लाया होया सतगुरु जी कमर कसा उपर ते लाईदा चोले ते सतगुरु जी कहिंदे हुण खोलना पैणा है इशनान करन नूं इस करके दसना भी पैणा है इहदे दो कारण आ प्यारिओ कहिंदे जी क्यों प्यारे दया सिंह जी नाल सतगुरु जी हर तरह की गल सांझी कर लैंदे सी कहिंदे प्यारे जे चाहिए तो सानू भुख लगनी कदे नहीं पर तुहाडे वांगू असी भी माता दे गर्भ राही आए हाँ असी भी जन्म लिया आ इस करके दुख सुख साडे भी नाल आ भुख साडे भी नाल आ असी ये घुट के कमर कसा पहली पहला कारण यह ता कीता सी कि जिहड़ा कुछ भी शकल नूं मिल जावे साडे प्यारियां नूं मिल जावे
ਮੈਂ ਭਾਵੇਂ ਭੁੱਖਾ ਰਹਿ ਲਵਾਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਆਪਣੇ ਢਿੱਡ ਨੂੰ ਘੁੱਟ ਕੇ ਬੰਨਿਆ ਹੋਇਆ ਸੀ ਕਹਿੰਦੇ ਸਤਿਗੁਰੂ ਜੀ ਦੂਜਾ ਕਾਰਨ ਕਹਿੰਦੇ ਦੂਜਾ ਕਾਰਨ ਇਹ ਸੀ ਕਿ ਇੱਥੇ ਥੋੜਾ ਜਿਹਾ ਜ਼ਖਮ ਵੀ ਹੋਇਆ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜ਼ਖਮ ਹੋਇਆ ਜਦੋਂ ਕਹਿੰਦੇ ਕਮਰ ਕੱਸਾ ਲਾਇਆ ਤੇ ਜ਼ਖਮ ਏਡਾ ਖੂਨ ਦਾ ਧਰਾਲਾ ਪਿਆ ਪਹਿਲੀ ਵਾਰੀ ਕਹਿੰਦੇ ਭਾਈ ਮਾਨ ਸਿੰਘ ਤੇ ਪਿਆਰੇ ਧਰਮ ਸਿੰਘ ਜੀ ਦੀਆਂ ਅੱਖਾਂ ਵਿੱਚ ਉਦੋਂ ਜਲ ਵਹਿ ਤੁਰਿਆ ਸੀ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਸਤਿਗੁਰੂ ਜੀ ਦਾ ਹਾਲ ਦੇਖਿਆ ਸੀ ਤੇ ਕਹਿੰਦੇ ਅੱਜ ਪਹਿਲੀ ਵਾਰੀ ਪਿਆਰੇ ਦਇਆ ਸਿੰਘ ਜੀ ਦੀਆਂ ਅੱਖਾਂ ਵਿੱਚੋਂ ਜਲ ਵਿਆ ਜਦੋਂ ਸਤਿਗੁਰੂ ਜੀ ਦੇ ਨਾ ਇੱਥੋਂ ਪੇਟ ਦੇ ਕੋਲੋਂ ਧਰਾਲਾ ਖੂਨ ਦਾ ਵਗਿਆ ਕਹਿੰਦੇ ਸਤਿਗੁਰੂ ਜੀ ਬਾਕੀਆਂ ਦਾ ਦੁੱਖ ਇੰਨਾ ਸੁਣੀ ਜਾਂਦੇ ਆ ਆਪਣਾ ਦੁੱਖ ਕਦੇ ਦੱਸਦੇ ਹੀ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦੁੱਖ ਐਡਾ ਵੱਡਾ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਇੱਕ ਵਾਰੀ ਨਹੀਂ ਸਾਨੂੰ ਕਿਹਾ ਹੋਏ ਮੇਰੇ ਲਾਲਾਂ ਦੀ ਮੈਨੂੰ ਯਾਦ ਬੜੀ ਆਉਂਦੀ ਆ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਇੱਕ ਵਾਰੀ ਨਹੀਂ ਕਿਹਾ ਕਿ ਮੇਰੇ ਜ਼ਖਮ ਬੜੇ ਹੋਏ ਆ ਸਰੀਰ ਤੇ ਮੇਰੇ ਦਰਦ ਬੜਾ ਹੋ ਰਿਹਾ ਸਤਿਗੁਰੂ ਜੀ ਗੁਰੂ ਤੇ ਬੜੇ ਦੇਖੇ ਪਰ ਤੁਹਾਡੇ ਵਰਗਾ ਨਹੀਂ ਮਿਲਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੁਹਾਡੇ ਵਰਗਾ ਨਹੀਂ ਮਿਲਣਾ ਸਾਰੇ ਸਤਿਗੁਰੂ ਸਤਿਕਾਰ ਯੋਗ ਆ ਪਰ ਤੁਹਾਡੇ ਕਾਰਜ ਸਭ ਤੋਂ ਵੱਖਰੇ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋਈ ਗੱਲ ਕਹੀ ਭਾਣੇ ਵਿੱਚ ਰਹੀਏ ਜੀ ਭਾਣੇ ਵਿੱਚ ਸੁਖੀ ਰਹੀਦਾ ਭਾਣੇ ਵਿੱਚ ਰਹੀਏ ਜੀ ਭਾਣੇ ਵਿੱਚ ਸੁਖੀ ਰਹੀਦਾ ਭਾਣੇ ਵਿੱਚ ਰਹੀਏ ਭਾਣੇ ਵਿੱਚ ਸੁਖੀ ਰਹੀਦਾ ਭਾਣੇ ਵਿੱਚ ਰਹੀਏ ਜੀ ਭਾਣੇ ਵਿੱਚ ਸੁਖੀ ਰਹੀਦਾ ਭਾਣੇ ਵਿੱਚ ਰਹੀਏ ਜੀ ਭਾਣੇ ਵਿੱਚ ਸੁਖੀ ਰਹੀਦਾ ਪਾਣੀ ਵਿੱਚ ਰਹੀਏ ਜੀ ਪਾਣੀ ਵਿੱਚ ਸੁਖੀ ਰਹੀਦਾ ਪਾਣੀ ਵਿੱਚ ਸੁਖੀ ਰਹੀਦਾ ਪਾਣੀ ਵਿੱਚ ਸੁਖੀ ਪਾਣੀ ਵਿੱਚ ਸੁਖੀ ਰਹੀਦਾ ਪਾਣੀ ਵਿੱਚ ਸੁਖੀ ਰਹੀਦਾ ਪਾਣੀ ਵਿੱਚ ਸੁਖੀ ਰਹੀਦਾ ਪਾਣੀ ਵਿੱਚ ਸੁਖੀ ਰਹੀਦਾ ਪਾਣੀ ਵਿੱਚ ਸੁਖ ਰਹੇਦਾ ਪਾਣੀ ਵਿੱਚ ਸੁਖ ਰਹੇਦਾ ਪਾਣੀ ਵਿੱਚ ਸੁਖੀ ਰਹੇਦਾ ਪਾਣੀ ਵਿੱਚ ਸੁਖੀ ਰਹੇਦਾ ਪਾਣੀ ਵਿੱਚ ਸੁਖ ਰਹੇਦਾ ਪਾਣੀ ਵਿੱਚ ਸੁਖੀ ਰਹੇਦਾ ਪਾਣੀ ਵਿੱਚ ਰਹੀਏ ਜੀ ਪਾਣੀ ਵਿੱਚ ਸੁਖੀ ਰਹੇਦਾ ਪਾਣੀ ਵਿੱਚ ਰਹੀਏ ਜੀ ਪਾਣੀ ਵਿੱਚ ਸੁਖੀ ਰਹੀਦਾ 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 ਬਾਜਾਂ ਵਾਲਿਆ ਤੇਰੀ ਜ਼ਿੰਦਗੀ ਵਿੱਚ ਕਦੇ ਸਮਾਂ ਸੁਖਾਲਾ ਆਇਆ ਨਾ ਤੂੰ ਸਭਨਾ ਦੇ ਦੁੱਖ ਸੁਣਦਾ ਰਿਹਾ ਕਦੇ ਆਪਣਾ ਦੁੱਖ ਸੁਣਾਇਆ ਨਾ ਜੋੜਾ ਜੋੜਾ ਕਰ ਪੁੱਤਰਾਂ ਦਾ ਵਾਰਿਆ ਬਾਜਾਂ ਵਾਲੇ ਸਤਿਗੁਰਾਂ ਨੇ ਜੋੜਾ ਜੋੜਾ ਕਰ ਪੁੱਤਰਾਂ ਦਾ ਵਾਰਿਆ ਬਾਜਾਂ ਵਾਲੇ ਸਤਿਗੁਰਾਂ ਨੇ ਜੋੜਾ ਜੋੜਾ ਕਰ ਬਾਜਾ ਵਾਲੇ ਸਤਿਗੁਰਾਂ ਜੋੜਾ ਜੋੜਾ ਕਰ ਪੁੱਤਰਾਂ ਦਾ ਵਾਰਿਆ ਬਾਜਾ ਵਾਲੇ ਸਤਿਗੁਰਾਂ ਜੋੜਾ ਜੋੜਾ ਕਰ ਪੁੱਤਰਾਂ ਦਾ ਵਾਰਿਆ ਬਾਜਾ ਵਾਲੇ ਸਤਿਗੁਰਾਂ ਜੋ
जोड़ा जोड़ा कर पुतारा दा बारिया बाजा बार सत गुरारे हुण इशनान कराया सतगुरु जी दा जखम ते मलम पट्टी कीती जिथे सारे शरीर ते जखम सी चरना ते भी मलम पट्टी कीती। अच्छा जी उत्थे बाहर अनाउंसमेंट हो गई ढंडोरा फेरिया गया। पुराने समय दे विच इदां ही सी ना ढोल बजाउणा नगारा बजाउणा डगा मारना उत्ते सारे ने इकट्ठे हो जाणा फिर अनाउंसमेंट करनी। बार ढंडोरा फेरिया गया ते अनाउंसमेंट ये की गई कि गुरु गोबिंद सिंह जी इस इलाके च आए आ पता लग गया भी किन्हां दे घर आ ते उन्हां नूं सारिआं नूं कुल विच पीट देना। आखो सतनाम श्री वाहिगुरु। गुलाबा ते पंजाबा घबरा गया। पहला कहिंदे सतगुरु जी साडे घर आओ हुण सोचदे आ कि सतगुरु साडे घरों किसे तरह चले जाण। आखो सतनाम श्री वाहिगुरु। प्यारे दया सिंह जी ने देख लिया उन्हां दा कम भाजां वाले पिता दे चरणां विच आए हाथ जोड़े कहिंदे सतगुरु जी तुसीं सच ही कहिंदे सी असीं इन्हां लई नहीं जाणा असीं होर किसे लई चले आं पर हुण दस दिओ होर कौण आ। सतगुरु जी कहिंदे इत्थे भाई निहाला रहिंदा निहाला उहदी माता दा नां आ माता हरदेई। उह आनंदपुर साहिब हर साल साडे लई चोला बना के लियांदी सी ते पिछले दो तीन साल तो असी उन्हूं रोक दिता सी असी उन्हूं इह कहा सी माता हुण तू चोला ना ले आई हर साल बनाई जाई असी तेरे कोलों आप ही आके लै लवांगे। आखो सतनाम श्री वाहिगुरु। ते उहदे कोलों हुण भी चोले लैण दा समां आ गया उन्हूं बुला के लियाओ। गुलाबे ते पंजाबे नूं नाल लिया भाई निहाले नूं दस्सिया बई सतगुरु जी तैनूं याद करदे माता नूं भी याद करदे माता जी ने तिन्ना सालां दे तिन्ने चोले चक लै आगे नाल प्यारियां दे सतगुरु जी दे चरणां विच मत्था टेकिया आके सतगुरु जी कहिंदे माता असीं वचन पूरा करन वास्ते आए हां तेरे चोले लैण वास्ते आए हां। किन्ने चोले आ कहिंदे सतगुरु जी तुसीं रोक दित्ता सी पर मैं हरेक साल इक चोला जिद्दां उत्थे लियांदी सी मैं इत्थे बणाई जांदी सी तीन साल हो गया ते किन्ना सालां दे तीन चोले आ। सतगुरु जी ने गुलाबे पंजाबे नूं कहा कहिंदे जाओ बई हुणे ही रंग चढ़ा के लिया होए ना। आखो सतनाम श्री वाहिगुरु। कहिंदे सतगुरु जी अद्धी रात दा समां हुण किथे जाणा कहिंदे अपने पिंड ललारी है नहीं कहिंदे जी हैगा कहिंदे जाओ उहनूं जाके कहो इहनूं रंग देवे रंग चढ़ देवे। कहिंदे जी सत वचन है अंदरों डरी जांदे वी सतगुरु जी किसे बहाने ना साडे घरों चले जाणे। हुण इह चले गए ते माता हरदेई सतगुरु जी दे कोल बैठी हथ जोड़ के सतगुरु जी ने सिर ते मेरा भरिया हथ रखिया कहिंदे माता तेरी सेवा परवान आ जा तेरा लोक ते सुखी आ तेरा परलोक भी सवारिया गया। आखो सतनाम श्री वाहिगुरु। मिलने ऐसे सतगुरु अखां दे सामने थोड़ा समा पहला साहिबजादे शहीद होए आ दातां भी वंडी जांदे नालों नाल। आखो सतनाम श्री वाहिगुरु। इह नहीं कहा मेरा समा नहीं मैनूं कोई ना मिले मैं बड़ा दुखी आ मेरे वड्डे साहिबजादे शहीद हो गए अपने वचन पूरे कर रहे हैं। देखो कहिंदे माता हरदेई नूं बुलाओ असीं उहदे कोल चोले लैणे। हुण इह ललारी दे घर पहुंचे दरवाजा खड़काया उह कहिंदे वी अद्धी रात की करन आए आ उह कहिंदे आ चोले आ साडे सतगुरां दे ते दस्सी ना किसी नूं साडे घर सतगुरु आए आ चोले आ उहनां दे इहनां नूं रंग चढ़ाउणा कहिंदे वी रख जाओ रंग चढ़ना दो तीन दिन बाद कहिंदे भी ओह क्यों कहिंदे रंग खत्म होया आ रंग खत्म होया पहला रंग लैके आवांगे घड़े विच पावांगे फिर ओह गुरूगा फिर रंग चढ़ावांगे। ਤੇ ਇਹ ਵਾਪਸ ਆ ਕੇ ਚੋਲੇ ਦੇਖ ਕੇ ਕਹਿੰਦੇ ਠੀਕ ਹੈ ਵੀ ਚਾੜ ਦੇਈ ਮਨ ਵਿੱਚ ਸੋਚੀ ਜਾਂਦੇ ਕਹਿੰਦੇ ਹੁਣ ਤਿੰਨ ਚਾਰ ਦਿਨ ਤੇ ਸਤਿਗੁਰੂ ਪੱਕੇ ਹੀ ਰਹਿ ਗਿਆ ਇੱਥੇ। ਜਦੋਂ ਘਰ ਆਏ ਸਤਿਗੁਰੂ ਜੀ ਕਹਿੰਦੇ ਵੀ ਚੋਲੇ ਕਦੋਂ ਮਿਲਣਗੇ ਕਹਿੰਦੇ ਜੀ ਤਿੰਨ ਚਾਰ ਦਿਨ ਬਾਅਦ ਕਹਿੰਦੇ ਕਿਉਂ ਕਹਿੰਦੇ ਜੀ ਰੰਗ ਖਤਮ ਹੋਇਆ ਉਹਨਾਂ ਦੇ ਘਰ ਰੰਗ ਹੈ ਨਹੀਂ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਜਾ ਕੇ ਕਹੋ ਸਵੇਰ ਨੂੰ ਚੋਲੇ ਚਾਹੀਦੇ ਸੀ ਚਲੇ ਜਾਣੇ ਇਹਨਾਂ ਨੂੰ ਅੰਦਰੋਂ ਅੰਦਰੀ ਚਾਅ ਵੀ ਚੜ ਗਿਆ ਵੀ ਸਤਿਗੁਰੂ ਜੀ ਇਸ਼ੋ ਕਰਿਆ ਚਲੇ ਜਾਣਗੇ।
ਕਹਿੰਦੇ ਸਤਿਗੁਰੂ ਜੀ ਹੁਣ ਰੰਗ ਹੈ ਨਹੀਂ ਚਾੜਨਗੇ ਕਿੱਦਾਂ? ਕਹਿੰਦੇ ਜਿਹੜੇ ਘੜੇ ਦੇ ਵਿੱਚ ਰੰਗ ਮਿਲਾਉਂਦੇ ਹੁੰਦੇ ਆ ਉਹਨਾਂ ਨੂੰ ਕਿਹੋ ਘੜੇ ਵਿੱਚ ਪਾਣੀ ਵੀ ਪਾ ਦਿਓ, ਸਾਡੇ ਚੋਲੇ ਵੀ ਪਾ ਦਿਓ, ਜਿਹੜਾ ਰੰਗ ਚੜ੍ਹਨਾ ਆਪ ਹੀ ਚੜ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੇ ਕੀਤਾ ਕਿ ਉਹ ਜਾ ਕੇ ਦੱਸਦਾ ਏਦਾਂ ਹੀ ਸਾਰਾ ਕੁਛ, ਉਹਨਾਂ ਨੇ ਘੜੇ ਵਿੱਚ ਪਾਣੀ ਪਾਇਆ, ਚੋਲੇ ਪਾ ਤੇ, ਉਹ ਲਲਾਰੀ ਦੇ ਘਰ ਵਾਲੀ ਉੱਠੀ, ਕਹਿੰਦੀ ਵੀ ਕੀ ਕਰੀ ਜਾਂਦੇ ਅੱਧੀ ਰਾਤ ਨੂੰ? ਕਹਿੰਦੇ ਇਹਨਾਂ ਦਾ ਗੁਰੂ ਆਇਆ ਉਹਨਾਂ ਦੇ ਚੋਲਿਆਂ ਨੂੰ ਰੰਗ ਚੜਾਉਣਾ। ਕਹਿੰਦੇ ਰੰਗ ਤੇ ਹੈ ਹੀ ਨਹੀਂ। ਕਹਿੰਦੇ ਇਹਨਾਂ ਦਾ ਗੁਰੂ ਕਹਿੰਦਾ ਵੀ ਘੜੇ ਚ ਪਾਣੀ ਪਾਓ, ਬੱਚੇ ਚੋਲੇ ਪਾ ਦੋ, ਰੰਗ ਆਪੀ ਚੜ ਜਾਣਾ। ਉਹ ਕਹਿੰਦੀ ਵੀ ਏਦਾਂ ਵੀ ਰੰਗ ਚੜਦਾ ਹੁੰਦਾ? ਕਹਿੰਦਾ ਪਤਾ ਤੇ ਮੈਨੂੰ ਹੈ ਨਹੀਂ ਚੜਨਾ, ਪਰ ਆਪਾਂ ਤੇ ਪੈਸੇ ਲੈਣੇ, ਆਪਾਂ ਨੂੰ ਕੀ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਤੇ ਪੈਸੇ ਲੈਣੇ, ਆਪਾਂ ਨੂੰ ਹੁਣ ਉਹਨਾਂ ਨੇ ਕੀਤਾ ਪਾਣੀ ਪਾ ਕੇ ਚੋਲੇ ਪਾਤੇ ਵਿੱਚ। ਜਦੋਂ ਦਿਨ ਚੜਿਆ ਨਾ ਤਾਂ ਚੋਲੇ ਕੱਢੇ, ਉਹਨਾਂ ਨੂੰ ਥੋੜਾ ਥੋੜਾ ਨੀਲਾ ਰੰਗ ਚੜਿਆ ਤੇ ਸਤਿਗੁਰੂ ਜੀ ਨੇ ਕਿਹਾ ਵੀ ਅਸੀਂ ਨੀਲਾ ਰੰਗ ਚੜਾਉਣਾ। ਜਦੋਂ ਬਾਹਰ ਤਾਰ ਤੇ ਸੁੱਕਣੇ ਪਾਤੇ, ਜਿੱਦਾਂ ਧੁੱਪ ਲੱਗੀ ਜਾਂਦੀ ਨੀਲਾ ਰੰਗ ਗੂੜਾ ਹੋਈ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਐਨ ਸੁੱਕ ਗਏ ਚੋਲੇ ਤੇ ਗੂੜਾ ਨੀਲਾ ਰੰਗ ਚੜ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਗੁਰੂ ਓਦਾਂ ਹੀ ਨਹੀਂ ਪੂਰਾ ਆ ਜਿਹੜਾ ਪਾਣੀ ਤੋਂ ਰੰਗ ਚੜਾ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਪਾਣੀ ਤੋਂ ਰੰਗ ਚੜਾ ਦੇਵੇ ਉਹ ਦੂਰਾ ਥੋੜਾ ਹੋ ਸਕਦਾ, ਉਹ ਤੇ ਹੈ ਹੀ ਪੂਰਾ। ਇਹ ਕਹਿੰਦੇ ਫਿਰ ਏਦਾਂ ਨਹੀਂ, ਚੋਲਿਆਂ ਦੀਆਂ ਤੈਹਾਂ ਲਾ, ਆਪਾਂ ਸਤਿਗੁਰੂ ਜੀ ਦੇ ਨਾਲੇ ਦਰਸ਼ਨ ਕਰਦੇ, ਨਾਲੇ ਚੋਲੇ ਭੇਟਾ ਕਰੇ ਆਉਂਦੇ ਆ। ਇਹ ਚਲ ਗਿਆ ਗੁਲਾਬੇ ਪੰਜਾਬੇ ਦੇ ਘਰ, ਕਹਿੰਦੇ ਚੋਲਿਆਂ ਨੂੰ ਰੰਗ ਚੜ ਗਿਆ। ਦੇਖੋ ਦੇਖੀ ਵੀ ਜਾਂਦੇ ਕੌਤਕ ਗੁਲਾਬੇ ਪੰਜਾਬੇ ਹੋਣੀ, ਕਿ ਸਤਿਗੁਰੂ ਜੀ ਨੇ ਪਾਣੀ ਤੋਂ ਰੰਗ ਚਾੜਤਾ, ਪਰ ਜਿਹੜਾ ਮੱਤ ਤੇ ਪੜਦਾ ਪਿਆ ਉਹ ਫੇਰ ਵੀ ਨਹੀਂ ਪਰੇ ਹੋ ਰਿਹਾ। ਉਹ ਕਹਿੰਦੇ ਰੰਗ ਤੇ ਚੜ ਗਿਆ, ਅਸੀਂ ਤੇ ਹੈਰਾਨ ਹਾਂ, ਪਾਣੀ ਤੋਂ ਰੰਗ ਇੱਦਾਂ ਦਾ ਚੜਿਆ, ਸਾਡਾ ਪੱਕਾ ਰੰਗ ਇੰਨਾ ਗੂੜਾ ਨਹੀਂ ਚੜਦਾ। ਪਰ ਸਾਡੀ ਇੱਕ ਬੇਨਤੀ ਆ ਕਿ ਸਾਨੂੰ ਸਤਿਗੁਰੂ ਜੀ ਦੇ ਦਰਸ਼ਨ ਕਰਾ, ਅਸੀਂ ਆਪ ਹੀ ਦੇਣਾ ਚਾਹੁੰਦੇ ਚੁਬਾਰੇ ਵੈਸੇ ਸਤਿਗੁਰੂ ਜੀ। ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹਨਾਂ ਨੇ ਜਾ ਕੇ ਚੋਲੇ ਭੇਟਾ ਕਰਤੇ, ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਜੋ ਤੁਸੀਂ ਸੇਵਾ ਲਈ ਸੀ ਪੂਰੀ ਹੋ ਗਈ। ਸਤਿਗੁਰੂ ਜੀ ਕਹਿੰਦੇ ਲੈ ਵੀ ਤੁਹਾਨੂੰ ਮਾਇਆ ਥੋੜੀ ਜੀ ਦੇ ਦੂੰਗਾ। ਕਹਿੰਦੇ ਨਹੀਂ ਸਤਿਗੁਰੂ ਜੀ ਪੈਸੇ ਨਹੀਂ ਲੈਣੇ। ਕਹਿੰਦੇ ਨਾਲੇ ਤੇ ਕਹਿਣ ਡਿਆ ਸੀ ਰੰਗ ਚੜੇ ਨਾ ਚੜੇ, ਆਪਾਂ ਤੇ ਪੈਸੇ ਹੀ ਲੈਣੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਪਤਾ ਲੱਗ ਗਿਆ ਸਤਿਗੁਰੂ ਜੀ ਦਿਲ ਦੀਆਂ ਵੀ ਜਾਣਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਨਾਲੋ ਨਾਲੇ ਤੇ ਕਹਿੰਦੇ ਸੀ ਰਾਤੀ ਚੋਲੇ ਡੋਬਣ ਲੱਗੇ ਵੀ ਸਾਡੇ ਵੱਲੋਂ ਚੜੇ ਰੰਗ ਨਾ ਚੜੇ, ਅਸੀਂ ਤੇ ਮਾਇਆ ਲੈਣੀ ਆ, ਅਸੀਂ ਤੇ ਪੈਸੇ ਲੈਣੇ ਆ। ਹੱਥ ਜੋੜ ਕੇ ਕਹਿੰਦੇ ਸਤਿਗੁਰੂ ਜੀ ਸਾਨੂੰ ਬਖਸ਼ ਦਿਓ, ਸਾਨੂੰ ਪੈਸਿਆਂ ਦੀ ਲੋੜ ਨਹੀਂ, ਮੰਗ ਇੱਕ ਜ਼ਰੂਰ ਆ ਉਹ ਪੂਰੀ ਕਰ ਦਿਓ। ਸਤਿਗੁਰੂ ਜੀ ਕਹਿੰਦੇ ਕਿਹੜੀ? ਕਹਿੰਦੇ ਸਤਿਗੁਰੂ ਜੀ ਘਰ ਵਿੱਚ ਬੱਚਿਆ ਹੈ ਨਹੀਂ। ਸਤਿਗੁਰੂ ਜੀ ਨੇ ਮਿਹਰ ਦੀ ਨਿਗਾਹ ਨਾਲ ਦੇਖਿਆ, ਕਹਿੰਦੇ ਆਹ ਲਓ ਸੋਨੇ ਦੀਆਂ ਮੋਹਰਾਂ, ਅੱਜ ਤੋਂ ਮਾਇਆ ਦੀ ਵੀ ਨਹੀਂ ਘਾਟ ਆਉਂਦੀ ਤੇ ਘਰ ਵਿੱਚ ਬੱਚਾ ਵੀ ਆ ਜਾਊਗਾ। ਆਖੋ ਸਤਿਨਾਮ। ਪਿਆਰੇ ਦਇਆ ਸਿੰਘ ਜੀ ਹੈਰਾਨ ਆ ਕੋਲ ਖੜੇ, ਕਹਿੰਦੇ ਐਸੇ ਸਤਿਗੁਰੂ ਮਿਲਣੇ ਆ, ਆਪਣੇ ਬੱਚਿਆਂ ਨੂੰ ਵਾਰੀ ਜਾਂਦੇ ਸਾਡੇ ਉੱਪਰ ਦੀ ਤੇ ਬਾਕੀਆਂ ਨੂੰ ਬੱਚਿਆਂ ਦੀਆਂ ਦਾਤਾਂ ਵੰਡ ਰਹੇ ਆ। ਆਖੋ ਸਤਿਨਾਮ। ਸਾਡੇ ਬੱਚਿਆਂ ਆਪਣੇ ਬੱਚਿਆਂ ਨੂੰ ਵਾਰੀ ਜਾਂਦੇ ਆ, ਤੇ ਜਿਹੜਾ ਪਿਆਰਾ ਇਹਨਾਂ ਦੇ ਚਰਨਾਂ ਚ ਪਹਿਲੀ ਵਾਰੀ ਆਇਆ ਉਹਨਾਂ ਨੂੰ ਪੁੱਤਰਾਂ ਦੀਆਂ ਦਾਤਾਂ ਦੇਈ ਜਾਂਦੇ ਆ, ਐਸੇ ਸਤਿਗੁਰੂ ਮਿਲਣੇ। ਮੇਰੇ ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਮੇਰੇ ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਮੇਰੇ ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, 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 ਨਾ ਕੋਈ ਹੋਇਆ ਸਤਿਗੁਰ ਜੈਸਾ ਜੀ ਨਾ ਕੋਈ ਹੋਇਆ ਨਾ ਕੋਈ।
सतगुर जैसा जी ना कोई होया ना कोई होना, सतगुर जैसा जी ना कोई होया ना कोई होना, सतगुर जैसा जी ना कोई होया ना कोई होना, मेरे सतगुर जैसा जी ना कोई होया ना कोई होना, मेरे सतगुर जैसा जी ना कोई होया ना कोई होना, मेरे सतगुरां वरगा ਉਹ ਹੁਣ ਉੱਠ ਕੇ ਜਾਣ ਲੱਗੇ ਬੜੀ ਖੁਸ਼ੀ ਨਾਲ ਕਿ ਸਤਿਗੁਰੂ ਜੀ ਨੇ ਤੇ ਝੋਲੀਆਂ ਭਰਤੀਆਂ, ਕਹਿੰਦੇ ਨਾ ਮਾਇਆ ਖਤਮ ਹੋਣੀ ਆ ਤੇ ਲੈ ਬੱਚਾ ਵੀ ਘਰ ਹੋ ਜਾਊ। ਚਾਈ ਚਾਈ ਜੇ ਉੱਠ ਕੇ ਜਾਣ ਲੱਗੇ ਸਤਿਗੁਰੂ ਜੀ ਨੇ ਪਿੱਛੋਂ ਆਵਾਜ਼ ਮਾਰ ਲਈ, ਕਹਿੰਦੇ ਵੀ ਗੱਲ ਸੁਣ ਕੇ ਜਾਇਓ, ਰੰਗ ਲੈ ਆਉਂਦਾ ਜੀ। ਨਹੀਂ, ਅਸੀਂ ਤੇ ਚੋਲਿਆਂ ਨੂੰ ਰੰਗ ਚਾੜ ਕੇ ਤੁਹਾਡੇ ਕੋਲ ਹੀ ਲੈ ਆਏ ਹਾਂ ਜੀ, ਪਾਣੀ ਤੋਂ ਚੜ ਗਿਆ ਰੰਗ ਤੁਹਾਡੀ ਕਿਰਪਾ ਨਾਲ। ਸਤਿਗੁਰੂ ਜੀ ਕਹਿੰਦੇ ਅੱਜ ਤੋਂ ਬਾਅਦ ਰੰਗ ਨਾ ਲਿਆਇਓ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਜਿਹੜਾ ਵੀ ਰੰਗ ਚਾੜਨਾ ਕੱਪੜੇ ਨੂੰ ਉਸ ਘੜੇ 'ਚ ਪਾ ਦਿਆ ਕਰੋ, ਜਦੋਂ ਕੱਢੂਗੇ ਉਹੀ ਰੰਗ ਚੜਿਆ ਹੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹੀ ਚੜਿਆ ਹੋ ਰੰਗ, ਪਰ ਚੇਤੇ ਰੱਖਿਓ ਰੰਗ ਓਨਾ ਚਿਰ ਹੀ ਚੜਨਾ ਜਿੰਨਾ ਚਿਰ ਇਹਦਾ ਰੌਲਾ ਨਾ ਪਾਇਆ। ਜਦੋਂ ਰੌਲਾ ਪਾਤਾ ਤਾਂ ਰੰਗ ਚੜਨ ਹਟ ਜਾਣਾ। ਕਹਿੰਦੇ ਜੀ ਅਸੀਂ ਕਦੋਂ ਪਾਉਣਾ ਰੌਲਾ ਸਤਿਗੁਰੂ ਜੀ? ਇਤਿਹਾਸ ਦੱਸਦਾ ਕਹਿੰਦੇ ਉਦਣ ਤੋਂ ਉਹਨਾਂ ਨੇ ਰੰਗ ਨਹੀਂ ਘਰ ਵਿੱਚ ਲਿਆਂਦਾ। ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ, ਜਿਹੜਾ ਕਿਸੇ ਨੇ ਕਹਿਣਾ ਆਹ ਰੰਗ ਚੜਾ ਦਿਓ ਘੜੇ 'ਚ ਪਾ ਦੇਣਾ, ਥੋੜੇ ਸਮੇਂ ਬਾਅਦ ਸੁੱਕਣਾ ਪਾਉਣਾ ਤੇ ਉਹੀ ਰੰਗ ਚੜਿਆ ਹੋਇਆ ਘਰ ਵਿੱਚ ਬੱਚਿਆ ਹੋਇਆ। ਬੜੇ ਵਧੀਆ ਤਰੀਕੇ ਨਾਲ ਪਰਵਰਿਸ਼ ਕੀਤੀ, ਜਵਾਨ ਹੋ ਗਿਆ ਬੱਚਾ, ਉਹਦਾ ਵਿਆਹ ਕੀਤਾ। ਹੁਣ ਜਿੱਥੇ ਵਿਆਹ ਹੋਇਆ ਉਹ ਵੀ ਲਲਾਰੀ ਕੱਪੜੇ ਰੰਗਣ ਵਾਲੇ। ਇਹਨਾਂ ਦੀ ਜਿਹੜੀ ਨੌਂਹ ਸੀ ਨਾ ਆਈ ਤਾਂ ਉਹ ਛੇ ਕੁ ਮਹੀਨੇ ਦੇਖਦੀ ਰਹੀ, ਕਹਿੰਦੀ ਵੀ ਸਾਡੇ ਤੇ ਦੂਏ ਚੌਥੇ ਦਿਨ ਰੰਗ ਹੀ ਮੁੱਕਿਆ ਰਹਿੰਦਾ, ਇਹਨਾਂ ਨੇ ਕਦੀ ਰੰਗ ਹੀ ਨਹੀਂ ਲਿਆਂਦਾ। ਉਹ ਆਪਣੇ ਘਰ ਵਾਲੇ ਨੂੰ ਪੁੱਛਣ ਲੱਗੀ, ਕਹਿੰਦੀ ਬਈ ਸਾਡੇ ਤੇ ਰੰਗ ਖਤਮ ਹੀ ਰਹਿੰਦਾ ਸੀ, ਤੁਸੀਂ ਕਦੀ ਰੰਗ ਦੀ ਗੱਲ ਹੀ ਨਹੀਂ ਕੀਤੀ, ਰੰਗ ਮੁੱਕ ਚੱਲਿਆ ਜਾਂ ਰੰਗ ਲਿਆਉਣਾ ਆ, ਫਲਾਨਾ ਚੱਲਿਆ ਲੈਣ, ਫਲਾਨਾ ਲੈ ਕੇ ਆ ਗਿਆ। ਉਹ ਕਹਿੰਦਾ ਸਾਨੂੰ ਰੰਗ ਲਿਆਉਣ ਦੀ ਲੋੜ ਨਹੀਂ ਪੈਂਦੀ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਚਨ ਕਿਹਾ ਸੀ, ਕਹਿੰਦੇ ਰੌਲਾ ਨਹੀਂ ਪਾਉਣਾ ਤੇ ਕੋਈ ਬਾਹਰ ਲਾ ਕੇ ਇਹਦਾ ਢੱਕਣ ਨਾ ਚੱਕੇ। ਉਹ ਕਹਿੰਦੇ ਸਾਨੂੰ ਰੰਗ ਲਿਆਉਣ ਦੀ ਲੋੜ ਨਹੀਂ ਪੈਂਦੀ। ਕਹਿੰਦੀ ਕਿਉਂ? ਉਹਨੇ ਫਿਰ ਸਾਰੀ ਵਾਰਤਾ ਸੁਣਾਈ ਕਿ ਜਿਹੜੇ ਸਤਿਗੁਰੂ ਜੀ ਦੇ ਵਰਦੇ ਨਾਲ ਮੇਰਾ ਜਨਮ ਹੋਇਆ, ਉਸ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਚੋਂ ਰੰਗ ਚੜੀ ਜਾਂਦਾ। ਉਹ ਕਹਿੰਦੀ ਵੀ ਉਹ ਕਹਿੰਦਾ, ਉਹਨੇ ਫਿਰ ਸਾਰਾ ਸਮਝਾਇਆ ਕਿ ਇੱਦਾਂ ਇੱਦਾਂ ਸਤਿਗੁਰੂ ਜੀ ਨੇ ਵਰ ਕੀਤਾ ਸੀ। ਹੁਣ ਜਦੋਂ ਅਸੀਂ ਕੋਈ ਵੀ ਰੰਗ ਚਾੜਨਾ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਦੀ ਆ, ਕੱਪੜੇ ਨੂੰ ਡੋਬ ਦੇਈਦਾ, ਜਦੋਂ ਬਾਹਰ ਕੱਢ ਕੇ ਸੁੱਕਣੇ ਪਾਈਦਾ, ਉਹੀ ਰੰਗ ਚੜ ਜਾਂਦਾ। ਉਹ ਹੁਣ ਆਪਣੇ ਮਾਪਿਆਂ ਦੇ ਘਰ ਮਿਲਣ ਵਾਸਤੇ ਗਈ, ਉਹਨੇ ਉੱਥੇ ਗੱਲ ਕਰਤੀ। ਜਦੋਂ ਉਹ ਮਿਲਣ ਵਾਸਤੇ ਆਏ, ਉਹ ਕਹਿੰਦੇ ਧੀਏ ਸਾਨੂੰ ਦਿਖਾ ਤੁਸੀਂ ਉਹ ਘੜਾ ਕਿੱਥੇ ਆ, ਇੰਨਾ ਐਡੀ ਵੱਡੀ ਕਰਾਮਾਤ। ਉਹਨੇ ਜਦੋਂ ਆ ਕੇ ਕਹਿੰਦੀ ਆਹ ਦੇਖੋ ਤਾਂ ਘੜਾ ਪਿਆ, ਉਹਨਾਂ ਨੇ ਆ ਕੇ ਢੱਕਣ ਚੱਕ ਲਿਆ, ਆਸੇ ਪਾਸੇ ਫਿਰ ਰੌਲਾ ਪਾਤਾ। ਕਹਿੰਦੇ ਉਸ ਘਰ ਵਿੱਚ ਇੱਦਾਂ ਦਾ ਘੜਾ, ਉਹ ਆਪੀ ਰੰਗ ਕੱਪੜਿਆਂ ਨੂੰ ਚੜੀ ਜਾਂਦਾ, ਰੰਗ ਬਿਰੰਗੇ ਜਿੱਦਾਂ ਦਾ ਰੰਗ ਚੜਨਾ ਉਦਾਂ ਦਾ ਹੀ ਚੜ ਜਾਂਦਾ। ਉਧਰ ਰੌਲਾ ਪੈ ਗਿਆ ਤੇ ਇਧਰੋਂ ਰੰਗ ਚੜਨਾ ਖਤਮ ਹੋ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਾਛੀਵਾੜੇ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਚੁਬਾਰਾ ਸਾਹਿਬ, ਜਿੱਥੇ ਸਤਿਗੁਰੂ ਜੀ ਗੁਲਾਬੇ ਪੰਜਾਬੀ ਦੇ ਘਰ ਰਹੇ ਆ, ਉਸ ਗੁਰਦੁਆਰੇ ਸਾਹਿਬ ਵਿੱਚ ਉਹ ਘੜਾ ਅੱਜ ਵੀ ਪਿਆ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਵੀ ਪਿਆ, ਇਹ ਤੋਂ ਰੰਗ ਚੜਦਾ ਸੀ। ਹੁਣ ਐਡੇ ਐਡੇ ਕੌਤਕ ਹੋ ਰਹੇ ਤੇ ਗੁਲਾਬੇ ਪੰਜਾਬੀ ਹੁਣੀ ਫੇਕ ਭਰਾਏ ਆ ਕਿ ਕਿਸੇ ਤਰ੍ਹਾਂ ਸਤਿਗੁਰੂ ਜੀ ਸਾਡੇ ਘਰੋਂ ਚਲੇ ਜਾਣ। ਤੇ ਆਪਾਂ ਨੂੰ ਪਤਾ ਨਾ, ਗਨੀ ਖਾਂ ਤੇ ਨਵੀ ਖਾਂ ਆਪਾਂ ਨਾਮ ਸੁਣੇ ਨਾ ਪਿਆਰਿਆਂ ਦੇ, ਜਦੋਂ ਸਤਿਗੁਰੂ ਜੀ ਅੱਜ ਦੇ ਪੀਰ ਬਣ ਕੇ ਗਏ ਆ ਤੇ ਉਹਨਾਂ ਦੀ ਸੇਵਾ ਸਭ ਤੋਂ ਵੱਡੀ ਸੀ। ਉਹ ਇਹਨਾਂ ਦੇ ਘਰ ਦੇ ਕੋਲ ਹੀ ਰਹਿੰਦੇ ਸੀ, ਗਨੀ ਖਾਂ ਤੇ ਨਵੀ ਖਾਂ। ਇਹ ਵਪਾਰ ਕਰਦੇ ਸੀ ਘੋੜਿਆਂ ਦਾ, ਕਈ ਮਹੀਨਿਆਂ ਬਾਅਦ ਵਾਪਸ ਆਏ ਤੇ ਇਹਨਾਂ ਦੇ ਘਰ ਬੱਚੀ ਜਿਹੜੀ ਸੀ ਉਹਨੇ ਸਾਰਾ ਦੱਸਿਆ ਕੰਮ। ਕਹਿੰਦੀ ਵੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ, ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ, ਚਮਕੌਰ ਦੀ ਗੜੀ ਵਿੱਚ ਉਹਨਾਂ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਹੁਣ ਇਸ ਇਲਾਕੇ ਵਿੱਚ ਆ ਕਹਿੰਦੇ, ਤੇ ਸਾਰੇ ਪਾਸੇ ਢੰਡੋਰਾ ਫੇਰ ਦਿੱਤਾ ਕਿ ਜਿਹਨਾਂ ਦੇ ਘਰੋਂ ਲੱਭ ਗਏ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਕੋਹਨੂ ਵਿੱਚ ਪੀੜਿਆ ਜਾਣਾ। ਗਨੀ ਖਾਂ ਨਵੀ ਖਾਂ ਕਹਿਣ ਲੱਗੇ
ਚਲੋ ਅਸੀਂ ਮੰਨਦੇ ਕਿਸੇ ਦੇ ਘਰ ਹੋਣਗੇ ਕਿਤੇ ਇਹ ਨਾ ਹੋਵੇ ਸਤਿਗੁਰੂ ਜੀ ਬਾਹਰ ਹੀ ਤੁਰੇ ਫਿਰਨ ਅਸੀਂ ਲੱਭ ਕੇ ਲਿਆਉਣੇ ਸਤਿਗੁਰਾਂ ਨੂੰ ਉਹ ਮੁਸਲਮਾਨ ਵੀਰ ਦੋਵੇਂ ਭਰਾ ਲੱਭਣ ਚਲੇ ਗਏ ਗਾਂ ਗੁਲਾਬਾ ਤੇ ਪੰਜਾਬਾ ਰਾਤ ਫੇਰ ਪਈ ਸੀ ਇਹ ਬਾਹਰ ਖੜੇ ਆ ਤੇ ਬੜੇ ਪਰੇਸ਼ਾਨ ਆ ਇਹ ਕੋਲ ਗਏ ਕਹਿੰਦੇ ਵੀ ਇਹ ਸਤਿਗੁਰੂ ਜੀ ਦੇ ਪਿਆਰੇ ਆ ਉਹ ਕਹਿੰਦੇ ਵੀ ਪਿਆਰੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਥੇ ਆ ਅੱਕ ਕੇ ਕਹਿਣ ਲੱਗੇ ਕਹਿੰਦੇ ਕੀ ਦੱਸੀਏ ਸਾਡੇ ਘਰ ਆ ਜਾਣ ਦਾ ਨਾਂ ਨਹੀਂ ਲੈਂਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗਨੀ ਕਾ ਨਵੀ ਕਾ ਨੇ ਹੱਥ ਜੋੜ ਕੇ ਸ਼ੁਕਰ ਕੀਤਾ ਕਹਿੰਦੇ ਸਤਿਗੁਰੂ ਜੀ ਮਨੋ ਮਨੀ ਅਰਦਾਸ ਕੀਤੀ ਕਹਿੰਦੇ ਵਪਾਰ ਤੇ ਤੁਹਾਡੇ ਨਾਲ ਬੜਾ ਕੀਤਾ ਬਈ ਘੋੜੇ ਵੇਚਣ ਆਉਂਦੇ ਹੁੰਦੇ ਸੀ ਤੁਹਾਡੇ ਕੋਲੋਂ ਖਰੀਦਦੇ ਹੁੰਦੇ ਸੀ ਤੁਸੀਂ ਵਪਾਰ ਤੇ ਤੁਹਾਡੇ ਨਾਲ ਬੜਾ ਕੀਤਾ ਪਰ ਪਿਆਰ ਕਰਨ ਦਾ ਸਮਾਂ ਅੱਜ ਆਇਆ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਸਾਨੂੰ ਸਤਿਗੁਰੂ ਜੀ ਦੇ ਦਰਸ਼ਨ ਕਰਾ ਸਤਿਗੁਰੂ ਜੀ ਦੇ ਕੋਲ ਲੈ ਗਏ ਹੱਥ ਜੋੜ ਕੇ ਪਤਾ ਕੀ ਕਹਿੰਦੇ ਕਹਿੰਦੇ ਸਤਿਗੁਰੂ ਜੀ ਆਪਣੇ ਘਰ ਚਲੋ ਹੁਣ ਫਰਕ ਪਤਾ ਕੀ ਸੀ ਅਰਦਾਸ ਵਿੱਚ ਗੁਲਾਬਾ ਪੰਜਾਬਾ ਜਦੋਂ ਗਏ ਸੀ ਕਹਿੰਦੇ ਸਤਿਗੁਰੂ ਜੀ ਸਾਡੇ ਘਰ ਆਓ ਗਨਿਕਾ ਨਵਿਕਾ ਕਹਿੰਦੇ ਸਤਿਗੁਰੂ ਜੀ ਆਪਣੇ ਘਰ ਚਲੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਜਦੋਂ ਅੰਦਰੋਂ ਪਿਆਰ ਪੈ ਜਾਂਦਾ ਅੰਦਰੋਂ ਅੱਖਾਂ ਜੁੜ ਜਾਂਦੀਆਂ ਨਾ ਸਤਿਗੁਰੂ ਜੀ ਦੇ ਨਾਲ ਉਦੋਂ ਅਕਲ ਆਉਂਦੀ ਇਹਨਾਂ ਗੱਲਾਂ ਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰਾਂ ਦੇ ਧਿਆਨ ਵਿੱਚ ਲਾਈਆਂ ਕਿਉਂ ਨਾ ਅੱਖੀਆਂ 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 ਰੱਜ ਰੱਜ ਵੇਖ ਕੇ ਰਜਾਈਆਂ 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 ਕਿਉਂ ਨਾ ਅੱਖੀਆਂ ਰਜ ਰਜ ਵੇਖ ਕੇ ਰਜਾਈਆਂ ਕਿਉਂ ਨਾ ਅੱਖੀਆਂ ਗੁਰਾਂ ਦੇ ਧਿਆਨ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਗੁਰਾਂ ਦੇ ਧਿਆਨ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਗੁਰਾਂ ਦੇ ਧਿਆਨ ਵਿੱਚ ਹਲਾਈਆਂ ਕਿਉਂ ਨਾ ਅੱਖੀਆਂ ਗੁਰਾਂ ਦੇ ਧਿਆਨ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਗੁਰਾਂ ਦੇ ਧਿਆਨ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਦੇ ਧਿਆਨ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਜਦੋਂ ਅੰਦਰੋਂ ਅੱਖਾਂ ਲੱਗ ਗਈਆਂ ਅੰਦਰੋਂ ਧਿਆਨ ਜੁੜ ਗਿਆ ਫੇਰ ਨਾ ਧੁੱਪ ਦਾ ਪਤਾ ਲੱਗਣਾ ਨਾ ਛਾਂ ਦਾ ਨਾ ਹਨੇਰੀ ਦਾ ਨਾ ਮੀਂਹ ਦਾ ਨਾ ਠੰਡ ਦਾ ਨਾ ਗਰਮੀ ਦਾ ਆ ਧਾਰਨਾ ਲਾਉਂਦੇ ਲਾਉਂਦੇ ਤਾਂ ਮੈਨੂੰ ਯਾਦ ਆਇਆ ਪਿਛਲੇ ਦੋ ਤਿੰਨ ਮਹੀਨੇ ਹੋ ਗਏ ਸੀ ਨਾ ਅੰਮ੍ਰਿਤਸਰ ਸਾਹਿਬ ਦੀਵਾਨ ਲਾਉਣ ਗਏ ਖੁੱਲੇ ਪੰਡਾਲ ਵਿੱਚ ਦੀਵਾਨ ਲੱਗਾ ਮੇਰੇ ਖਿਆਲ ਦੋ ਢਾਈ ਹਜ਼ਾਰ ਸੰਗਤ ਹੋਣੀ ਦੋ ਢਾਈ ਹਜ਼ਾਰ ਸੰਗਤ ਸੀ ਉੱਥੇ ਦੀਵਾਨ ਲੱਗੇ ਦੇ ਵਿੱਚ ਇੱਥੇ ਉੱਪਰ ਹੀ ਸੀ ਮੀਂਹ ਆ ਗਿਆ ਤੇ ਜਿੱਥੇ ਅਸੀਂ ਲੱਗੇ ਸੀਗੇ ਉੱਥੇ ਇੱਦਾਂ ਸ਼ੈੱਡ ਉੱਪਰ ਜਿੱਦਾਂ ਉੱਥੇ ਮੀਂਹ ਨਹੀਂ ਸੀ ਪੈ ਰਿਹਾ ਤੇ ਸੰਗਤਾਂ ਦੀ ਆਵਾਜ਼ ਪਤਾ ਕੀ ਹੁੰਦੀ ਅੱਜ ਤਾਂ ਹੁਣ ਆਪਾਂ ਦੇਖ ਰਹੇ ਵੀ ਕਿੰਨਾ ਫਰਕ ਆ ਮੀਂਹ ਪਏ ਦਾ ਉੱਦਾਂ ਸੰਗਤ ਕਿੰਨੀ ਹੁੰਦੀ ਤੇ ਅੱਜ ਕਿੰਨੀ ਕਿਹਾ ਨਾਲੇ ਪਤਾ ਵੀ ਉੱਥੇ ਸ਼ੋਰ ਵਿੱਚ ਹੀ ਬਹਿ ਜਾਣਾ ਜਾ ਕੇ ਉੱਥੇ ਮੀਂਹ ਨਹੀਂ ਪੈਣਾ ਸੰਗਤਾਂ ਦੀ ਆਵਾਜ਼ ਇਹ ਆਉਂਦੀ ਸੀ ਕਿ ਬਾਬਾ ਜੀ ਤੁਸੀਂ ਕੀਰਤਨ ਬੰਦ ਨਾ ਕਰਿਓ ਅਸੀਂ ਮੀਂਹ 'ਚ ਬੈਠੇ ਰਹਿਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਆਨੰਦ ਆਉਂਦਾ ਨਾ ਪਿਆਰਿਓ ਉਹਦੇ ਵਿੱਚ ਫਿਰ ਇਹ ਚੇਤਾ ਹੀ ਭੁੱਲ ਜਾਂਦਾ ਕਿ ਸਾਨੂੰ ਕਿਤੇ ਠੰਡ ਨਾ ਲੱਗ ਜਾਵੇ ਸਾਨੂੰ ਕਿਤੇ ਬੁਖਾਰ ਨਾ ਚੜ੍ਹ ਜਾਵੇ ਇੱਧਰੋਂ ਧਿਆਨ ਹੀ ਟੁੱਟ ਜਾਂਦਾ ਤੇ ਜਦੋਂ ਉੱਧਰੋਂ ਧਿਆਨ ਟੁੱਟ ਗਿਆ ਫਿਰ ਠੰਡ ਵੀ ਨਹੀਂ ਲੱਗਣੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੋ ਉੱਧਰੋਂ ਧਿਆਨ ਟੁੱਟ ਗਿਆ ਫਿਰ ਖਤਮ ਸੁਣ ਸਮਾਧੀ
ऐसा जो प्यार देखी जा ना फिर उत्ते भावे जिन्ना मर्जी समा लग जाए फिर कीर्तन करने वाला भी नहीं थकता। आखो सतना श्री वाहिगुरु। वह कहते गनीखा नबी खां कहते जी सतगुरु जी अपने घर चलो। सतगुरु जी ने उदो तैयारी की। गनीखा नबी खां घर चरण पाए, उन्होंने सेवा की। सतगुरु जी कहते प्यारे से रुकना नहीं, हुण चले जाना। उतों फिर सतगुरु जी उचदे पीर बन के गए आलमगीर वल। उतों फिर जो वापस मुड़े ना सतगुरु जी ने एक हुक्मनामा लिखिया। हुक्मनामा लिखिया, वह हुक्मनामे दे विच पता की लिखिया? अज भी हुक्मनामा हैगा, संभालिया। उहदियां फोटो कापियां गुरु घरां विच उत्थे लाईआं। उहदे विच लिखिया कि गनी खां ते नबी खां साडे पुत्तर समान आ। जिहड़ा गनी खां ते नबी खां दी सेवा करूगा उहते असीं खुश होवांगे। आखो सतनाम श्री वाहिगुरु। जिहड़ा गनी खां ते नबी खां दे नाल प्यार करूगा उहते गुरु दी खुशी होगी। अज भी हुक्मनामा लिखिया होया गुरु गोबिंद सिंह जी ने। असी जातियां ते धर्मां दे विच फसे, पता नहीं आ फलाने धर्म दा, फलानी जात दा, आ ते फलानियां दा गुरु है साडा तां बणदा ही नहीं, आ ते फलानियां दा गुरु है तां साडा बणदा ही। बस ऐस कम्मां दे विच जां फिर मेरा बाबा सब तों वड्डा, तेरा बाबा छोटा, इहदे विच फसे आ। कि सतनाम श्री वाहिगुरु। इह दूसरे परिवार दा जिहड़ा हिस्सा सी, इन्ना समां है नहीं, मैं थोड़ी जी सांझ पाउणी आ। माता गुजरी जी ते छोटे साहिबजादे जदों सरसा चो बाहर निकले, सारे कपड़े पानी दे नाल भिजे हुए आ, ठंडी हवा चल रही, अमृत वेला। हुण तुरे जा रहे आ ते रात पै गई, सारी दिहाड़ी तुरे गए। जदों रात पई ना फिर बाबा फतेह सिंह जी ने कहा, कहिंदे माता जी आपां रुकणा कित्थे कि जाके, वी सवेर दे तुरे आ, रात पै गई आ। माता जी कहते हुण ते जिते रब रुके उत्थे रुकांगे। कहते जी ओ कखां दी कुल्ली आ, चक ढेरां पिंड आ जी कुम्मे माशकी दा। अज भी गुरद्वारा साहब उत्थे बनिया होया जिथे साहिबजादे रात रहे आ। कहते जी ओ कखां दी कुल्ली आ, उहनूं जाके पुछिए। माता जी कहते चलो पुछ लैने आ। बाबा फतेह सिंह जी ने आवाज दित्ती, कहिंदे कुल्ली दिया मालका साडी गल सुन, कुम्मा माशी कहिंदा मैनूं कोई दिने ना बुलावे, अत दा गरीब आ मैं, इह कौण आ जिहड़ा मैनूं कुल्ली दा मालक कह के बुला रहा। आखो सतनाम श्री वाहिगुरु। जदों बाहर आया ना कुम्मा माशकी, हाथ जुड़ के कहिंदा प्यारे हो कौण आ तुसीं जो छोटे छोटे लालां नूं देखिया, माता बजुर्ग नूं देखिया? कहिंदे असीं राही आं कि तेरे कोल रात कट्टण आए आ। आखो सतनाम श्री वाहिगुरु। एक रात कटा देवे राही रात कटन लिया, 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 एक रात कटा दे राही रात कटन ले आए, एक रात कटा दे राही रात कटन ले आए, हाँ रात कटन ले आए राही रात कटन ले आए, रात कटन ले आए राही रात कटन ले आए, रात कटन लई आए राही रात कटन लई आए, एक रात कटा देवे राही रात कटन लई आए, एक रात कटा देवे राही रात कटन लई आए, एक रात कटा देवे राही रात कटन लई आए, एक रात कटा दे दे राही रात कटन लिया, एक रात कटा दे दे राही रात कटन लिया, रात कटा दे दे
राही रात कटन नहीं आवे ਕਹਿੰਦਾ ਪਹਿਲਾਂ ਮੈਨੂੰ ਇਹ ਦੱਸੋ ਜਿਨ੍ਹਾਂ ਨੂੰ ਦੇਖ ਕੇ ਮਨ ਨੂੰ ਚਾਹ ਚੜ ਰਿਹਾ ਜਿਨ੍ਹਾਂ ਨੂੰ ਦੇਖ ਕੇ ਮੇਰੀ ਭੁੱਖ ਲੈ ਰਹੀ ਹੈ ਤੁਸੀਂ ਹੈ ਕੌਣ ਆ ਮਾਤਾ ਗੁਜਰੀ ਜੀ ਬੋਲੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਿਆ ਕਹਿੰਦਾ ਜੀ ਮੈਂ ਮਲਾਂ ਆ ਬੜੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਰਸ਼ਨ ਕਰਨ ਜਾਂਦੀਆਂ ਮੈਂ ਪਾਰ ਕਰਾਉਣਾ ਤੇ ਮੈਨੂੰ ਸਤਿਗੁਰੂ ਜੀ ਦੇ ਬਚਨ ਵੀ ਸੁਣਾਉਂਦੀਆਂ ਹੁੰਦੀਆਂ ਕੁੰਮਾ ਮਾਸ਼ਕੀ ਕਹਿਣ ਲੱਗਾ ਮਾਂ ਗੁਜਰੀ ਕਹਿਣ ਲੱਗੀ ਇਹ ਉਸ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਲਾ ਲਿਆ ਤੇ ਮੈਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਆ ਅੱਖਾਂ ਵਿੱਚੋਂ ਜਲ ਵਹਿ ਰਿਹਾ ਹੱਥ ਜੋੜੇ ਮਾਤਾ ਜੀ ਤੁਸੀਂ ਇੰਨੇ ਸੋਹਣੇ ਸੋਹਣੇ ਮਹਿਲਾਂ ਚ ਰਹਿ ਰਹੇ ਆ ਤੁਸੀਂ ਕੱਖਾਂ ਦੀ ਕੁੱਲੀ ਚ ਰਹਿਣਾ ਕਹਿੰਦੇ ਸੀ ਆਪਣੇ ਸੰਗ ਨਾਲੋਂ ਵਿਛੜ ਗਏ ਮੈਨੂੰ ਨੀ ਪਤਾ ਮੇਰਾ ਲਾਲ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਆ ਮੈਨੂੰ ਨੀ ਪਤਾ ਇਹਨਾਂ ਦੇ ਵੱਡੇ ਭਰਾ ਮੇਰੇ ਵੱਡੇ ਪੋਤਰੇ ਕਿੱਥੇ ਆ ਮੈਨੂੰ ਨੀ ਪਤਾ ਇਹਨਾਂ ਦੀਆਂ ਬੱਚਿਆਂ ਦੀਆਂ ਮਾਤਾਵਾਂ ਕਿੱਥੇ ਆ ਸਾਨੂੰ ਇੰਨਾ ਪਤਾ ਸੀ ਤਿੰਨੇ ਉਸ ਸੰਗ ਦੇ ਨਾਲ ਵਿਛੜ ਚੁੱਕੇ ਆ ਕਹਿੰਦੇ ਮਾਤਾ ਜੀ ਮੇਰੇ ਕੋਲ ਅੱਖਾਂ ਦੀ ਕੁੱਲੀ ਤੇ ਰਹਿ ਸਕਦੇ ਕਹਿੰਦੇ ਹਾਂ ਖੁਸ਼ ਵੀ ਬੜਾ ਆ ਤੇ ਦੁਖੀ ਵੀ ਬੜਾ ਕਿ ਜੇ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਕੱਖਾਂ ਦੀ ਕੁੱਲੀ ਚ ਪਾਉਣ ਲੱਗਣ ਜੇ ਸੇਵਾ ਕਰਨ ਦਾ ਮੌਕਾ ਹੀ ਮਿਲ ਗਿਆ ਕੱਖਾਂ ਦੀ ਕੁੱਲੀ ਚ ਪਰ ਇੰਨਾ ਸ਼ਰਧਾ ਵਾਲਾ ਬੀਬੀ ਲਕਸ਼ਮੀ ਰਸਿਆ ਨਾਮ ਜਿਹਨੇ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਕਈ ਦਿਨਾਂ ਬਾਅਦ ਸਾਹਿਬਜ਼ਾਦੇ ਨੇ ਪ੍ਰਸ਼ਾਦਾ ਛਕਿਆ ਤੇ ਕਈ ਦਿਨਾਂ ਬਾਅਦ ਬਾਬਾ ਫਤਿਹ ਸਿੰਘ ਜੀ ਦੇ ਮੁੱਖੋਂ ਮਾਤਾ ਜੀ ਨੇ ਲਫ਼ਜ਼ ਸੁਣਿਆ ਪ੍ਰਸ਼ਾਦਾ ਛਕਿਆ ਬਾਬਾ ਫਤਿਹ ਸਿੰਘ ਜੀ ਨੇ ਮਾਤਾ ਜੀ ਨੂੰ ਕਹਿਣ ਲੱਗਾ ਦਾਦੀ ਮਾਂ ਅੱਜ ਮੈਂ ਰੱਜ ਕੇ ਪ੍ਰਸ਼ਾਦਾ ਛਕ ਲਿਆ ਆਖੋ ਸਾਧਨਾ ਅੱਜ ਰੱਜ ਕੇ ਛਕ ਲਿਆ ਪ੍ਰਸ਼ਾਦਾ ਕਹਿੰਦੇ ਜਿਹੜਾ ਕੁੰਮਾ ਮਾਸ਼ਕੀ ਸੀ ਨਾ ਕਰੀਮ ਬਖਸ਼ ਦਾ ਨਾਮ ਸੀ ਇਹ ਸਾਰੀ ਰਾਤ ਬਾਹਰ ਪਿਆ ਮਾਤਾ ਜੀ ਨੂੰ ਸਾਹਿਬਜ਼ਾਦੇ ਨੂੰ ਅੰਦਰ ਪਾਇਆ ਅਗਲੇ ਦਿਨ ਗੰਗੂ ਲੈ ਗਿਆ ਉਹਦੇ ਮਨ ਚ ਲਾਲਚ ਆ ਗਿਆ ਸੋਨੇ ਦੀਆਂ ਮੋਹਰਾਂ ਦੀ ਥੈਲੀ ਚੱਕ ਲਈ ਫਿਰ ਜਾ ਕੇ ਸ਼ਿਕਾਇਤ ਵੀ ਲਾ ਦਿੱਤੀ ਸਾਹਿਬਜ਼ਾਦੀਆਂ ਗ੍ਰਿਫਤਾਰੀਆਂ ਹੋ ਗਈਆਂ ਇੱਕ ਰਾਤ ਮੁਰਿੰਡੇ ਰਹਿ ਕੋਤਵਾਲੀ ਸਾਹਿਬ ਵਿਖੇ ਅਗਲੇ ਦਿਨ ਵਜੀਦੇ ਦੇ ਕੋਲ ਲੈ ਕੇ ਗਏ ਠੰਡੇ ਬੁਰਜ ਦੇ ਵਿੱਚ ਸਾਹਿਬਜ਼ਾਦਿਆਂ ਨੇ ਰੱਖਿਆ ਬਾਬਾ ਮੋਤੀ ਰਾਮ ਜੀ ਰੋਜ਼ ਦੁੱਧ ਛਕਾਉਣ ਵਾਸਤੇ ਆਉਂਦੇ ਆ ਸਾਹਿਬਜ਼ਾਦਿਆਂ ਦੀ ਪੇਸ਼ੀ ਹੋਈ ਵਜੀਦੇ ਦੇ ਸਾਹਮਣੇ 11 ਪੋਹ ਨੂੰ ਉਹ ਕਹਿੰਦੇ ਬੱਚੇ ਆ ਜਿੱਦਾਂ ਅਸੀਂ ਕਹਿਤਾ ਮੰਨ ਜਾਣਾ ਬੜੇ ਲਾਲਚ ਦਿੱਤੇ ਸਾਹਿਬਜ਼ਾਦੇ ਨਹੀਂ ਮੰਨੇ 12 ਪੋਹ ਨੂੰ ਪੇਸ਼ੀ ਹੋਈ ਬੜੀ ਸਖਤੀ ਨਾਲ ਉਹਨਾਂ ਨੇ ਡਰਾਵੇ ਦਿੱਤੇ ਪਰ ਸਾਹਿਬਜ਼ਾਦੇ ਫੇਰ ਵੀ ਨਹੀਂ ਮੰਨੇ ਅਖੀਰ ਤੇ ਫਤਵਾ ਲਾਇਆ ਉਹਨਾਂ ਨੇ ਕਹਿੰਦੇ ਕਿ ਇਹਨਾਂ ਨੂੰ ਕੱਲ ਨੂੰ ਜਿਉਂਦਿਆਂ ਨੂੰ ਦੀਵਾਰਾਂ ਵਿੱਚ ਚਿਣ ਦਿੱਤਾ ਜਾਵੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਗਲਾ ਦਿਨ ਹੋਇਆ ਅੰਮ੍ਰਿਤ ਵੇਲਾ ਹੋਇਆ ਮਾਤਾ ਜੀ ਨੇ ਇਹ ਨਹੀਂ ਕਿਹਾ ਕਿ ਪੁੱਤਰੋ ਉਹਨਾਂ ਨੇ ਤੁਹਾਨੂੰ ਜਾਨੋਂ ਮਾਰ ਦੇਣਾ ਜਿੱਦਾਂ ਉਹ ਕਹਿੰਦੇ ਉਦਾਂ ਹੀ ਕਰ ਲਓ ਨਹੀਂ ਸਿੱਖਿਆ ਪਤਾ ਕਿਹੜੀ ਦਿੱਤੀ ਤੁਸੀਂ ਵੱਡਿਆਂ ਭਾਗਾਂ ਵਾਲੇ ਆ ਕਹਿੰਦੇ ਮਾਤਾ ਜੀ ਉਹ ਕਿੱਦਾਂ ਕਹਿੰਦੇ ਤੁਸੀਂ ਗੁਰੂ ਦਾਦੇ ਭਾਵ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੋਦੀ ਵਿੱਚ ਪਹਿਲਾਂ ਪਹੁੰਚ ਜਾਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੁਸੀਂ ਪਹਿਲਾਂ ਚਲੇ ਜਾਣਾ ਸੋਹਣੇ ਵਸਤਰ ਪਾਏ ਸੋਹਣੀਆਂ ਕਲਗੀਆਂ ਲਾਈਆਂ ਸੋਹਣੇ ਗਾਤਰੇ ਸ਼੍ਰੀ ਸਾਹਿਬ ਪਾਏ ਛਪਾਈ ਲੈਣ ਵਾਸਤੇ ਆਏ ਤੇ ਸਾਹਿਬਜ਼ਾਦੇ ਕਹਿੰਦੇ ਮਾਤਾ ਜੀ ਅਸੀਂ ਜਦੋਂ ਦੀ ਸੁਰਤ ਸੰਭਾਲੀ ਸਾਨੂੰ ਤੁਸੀਂ ਪਾਲ ਰਹੇ ਆ ਸਾਡੀ ਮਾਂ ਤੁਸੀਂ ਆ ਇੰਨੀ ਕੁ ਕਿਰਪਾ ਕਰਿਓ ਅਸੀਂ ਚੱਲੇ ਆ ਦੇਰ ਨਾ ਲਾਇਓ ਮਗਰ ਹੀ ਆ ਜਿਓ ਆਖੋ ਸਤਨਾਮ ਤੇ ਹੁਣ ਆਖਰੀ ਵਾਰੀ ਸਾਨੂੰ ਗਲ ਦੇ ਨਾਲ ਲੈ ਕੇ ਪਿਆਰ ਦੇ ਦਿਆ ਗਲ ਲਾ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਤੇ ਮੇਰੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਤੇ ਮੇਰੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਤੇ ਮੇਰੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਤੇ ਮੇਰੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਤੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਤੇ ਮੇਰੇ
सुपना हो जावणगे तेरे मन मोणे अलबेले, 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 सुपना हो जावणगे तेरे मन मोणे अलबेले। गल लग के कर ले तू माता जी जान दीवार ते मिले, गल लग के कर ले तू माता जी जम दीवार दे मेले, गल लग के कर ले तू माता जी जम दीवार दे मेले, गल लग के कर ले तू माता जी जम दीवार दे मेले, गल लग के कर ले तू माता जी जम दीवार दे मेले, गल लग के कर ले तैयार हुए। माता जी के चरणी हाथ लाया, गज के माता जी ने फतेह बुलाई, तो फिर क्या माता जी तुहाडे तो बगैर ज्यादा समा रह नहीं सकदा, छेतियां करो आखरी पते परवान, असी चले सच खंड करो आखरी पते परवान, जी असी चले सच खंड करो आखरी पते परवान, असी चले सच खंड आखरी पते परवान, असी चले सच खंड करो आखरी पते परवान, असी चले सच खंड करो आखरी पते परवान, असी चले सच खंड असी चले जी हो सच खंड सच खंड चले जी सच खंड असी चले जी हो सच खंड असी चले जी सच खंड असी चले जी हो सच खंड साहबजादे तुर पे सिपाहियां नाल माता जी देख रहे हैं। माता जी नूं पता अगे रोज मुड़के आउंदे सी पर अज चले आ मुड़के नहीं आउणा, आखो सतनाम श्री वाहिगुरु। असीं अपने मनां च झातियां मारीए प्यारिओ, साडा बच्चा स्कूल तों 10 मिंट लेट हो जावे साडे भादियां बण जांदियां, पर माता नूं पता अज चले आ हुण नहीं आउणा, जांदे होए कह के गए असी चले जी सच खंड नू, असी चले जी हाँ 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 सच खंड नू, जी करो आखरी पते फते परवान, असी चले सच खंड करो आखरी पते परवान, जी असी चले सच खंड करो आखरी पते
असी चल सच खंडनो करो आखरी फतेह परवान असी चल सच खंडनो करो आखरी फतेह परवान असी चल सच खंडनो आखरी फतेह परवान असी चल सच खंडनो। भाई दूना सिंह हडूरिया ते प्रोफेसर गंडा सिंह जी दसदे कहिंदे साहिबजादे नूं वजीते दे कोल लै के गए। ओह पापी ने पुछिया कहिंदा मन जाओ साहिबजादे, कहिंदे नहीं तू अपना काम कर असीं अपना करदे हां। 7 साल ते 9 साल दी उम्र है जी साहिबजादिआं दी, इन्नी क लगभग। हुण मन विच बड़ा दुखी है, कोई छोटे छोटे बच्चे नहीं कहना मान रहे, दीवारां विच ते चैनना इन्हां नूं पहलां अकल दे दईए। केंद्र तीत दियां वाहिगुरु दूत दियां छिटियां मंगाईयां, भरी सभा दे विच साहिबजादिआं नूं कुटिया गया, मास उभर आया सी साहिबजादिआं दा। भाई दूना सिंह हडूरिया पता कौन सी? गुरु गोबिंद सिंह महाराज जी का समकाली सी। गुरु गोबिंद सिंह महाराज जी ने कहा सी भाई दूना सिंह हडूरिया नूं, कहिंदे दूना सिंह साडे तों परे रही, कहिंदे सतगुरु जी क्यों? कहिंदे जो जो मेरे लालां दा हाल होना उह तूं लिखणा आ। ते उहनां दी किताब दा नाम आ कथा श्री गुरु सुतन जी की, कि गुरु जी दे पुत्रां दी कथा। ते उहनां ने लिखिया विच कहिंदे पहलां कुटिया गया साहिबजादिआं नूं, फिर पिपल बांध गुलेले मारे, पिछे हथ बन लिया पिपल दे दरखत दे नाल बन लिया दोवां साहिबजादिआं नूं, पत्थर लैके गुलेलां दे नाल मारिया गया पत्थर। हुण आपां नूं सारिआं नूं पता कि इदां पत्थर मारना तेज मारना सट लगदी आ, पर गुलेल दे नाल खिच के पत्थर मारन दी स्पीड बहुती हो जांदी आ। साहिबजादिआं दा सारा शरीर लहू लुहान हो गया, इन्ने पत्थर मारे गए। एक पत्थर बाबा फतेह सिंह जी दी अख च वज्जा, आ डेला आ अख अंदर धस गई, पर हथ भी पिछे बन्ने हुए आ, अख विचों खून निकली जांदा। उत्थे जिहड़े कहिंदे चाहे प्यार करन वाले सी, चाहे साहिबजादे नाल लाग डाट रखण वाला सी कोई, हर एक इक कोई गल कहण लग पिया सी इहनां नूं शहीद कर दिओ, हुण होर तसीहे ना दिओ। देख नहीं सी हो रहे, पिपल दे दरख्त नाल उह खोले, साहिबजादिआं दे हथ खोले। ते जदों ਕਹਿੰਦੇ ਇੱਥੋਂ ਬਾਣੇ ਸਮੇਤ ਧੌਣ ਤੋਂ ਕਿੱਡੀ ਘਸੀਟ ਕੇ ਲਗਾਏ ਵਜੀਦੇ ਦੇ ਕੋਲ, ਵਜੀਦੇ ਫਿਰ ਪੁੱਛਿਆ ਕਹਿੰਦੇ ਮੰਨ ਲਓ ਹਜੇ ਵੀ ਕਹਿਣਾ? ਕਹਿੰਦੇ ਨਹੀਂ। ਫਿਰ ਕਹਿੰਦੇ ਆ ਜਿਹੜੇ ਪੋਟਿਆਂ ਤੇ ਫਲੀਤੇ ਲਾਏ ਮਸਾਲਾ, ਸਾਹਿਬਜ਼ਾਦਿਆਂ ਦੇ ਹੱਥਾਂ ਦੇ ਪੋਟੇ ਲੂਹੇ ਗਏ। ਫਿਰ ਪੁੱਛਿਆ ਮੰਨ ਜਾਓ? ਕਹਿੰਦੇ ਨਹੀਂ। ਫਿਰ ਅਖੀਰ ਤੇ ਅੱਕ ਤੇ ਕ੍ਰੋਧ ਵਿੱਚ ਆ ਕੇ ਕਹਿੰਦਾ ਇਹਨਾਂ ਨੂੰ ਹੁਣ ਚਿਣ ਦਿਓ ਦੀਵਾਰਾਂ ਵਿੱਚ, ਇਹ ਪਾਪੀ ਦਾ ਅੰਦਰ ਨਹੀਂ ਕੰਬਿਆ, ਦੀਵਾਰ ਕੰਬ ਗਈ, ਛਾਤੀਆਂ ਤੱਕ ਆਈ, ਸਰੀਰ ਘੋਟ ਵਿੱਚ ਆ ਗਿਆ, ਸਾਹ ਬੜੇ ਔਖੇ ਆ ਰਹੇ ਆ, ਦੀਵਾਰ ਡਿੱਗ ਪਈ, ਸਾਹਿਬਜ਼ਾਦੇ ਬੇਹੋਸ਼ ਹੋ ਕੇ ਡਿੱਗ ਪਏ। ਕਹਿੰਦਾ ਹੁਣ ਹੋਸ਼ ਵਿੱਚ ਲਿਆਓ ਮੰਨਣਗੇ। ਪਾਣੀ ਦੇ ਛਿੱਟੇ ਮਾਰੇ, ਹੋਸ਼ ਵਿੱਚ ਸਾਹਿਬਜ਼ਾਦਿਆਂ ਨੂੰ ਲਿਆਂਦਾ ਦੋਵਾਂ ਨੂੰ। ਪੁੱਛਿਆ ਫਿਰ ਕਹਿੰਦੇ ਮੰਨ ਜਾਓ ਕਹਿਣਾ ਹਜੇ ਵੀ? ਸਾਹਿਬਜ਼ਾਦਿਆਂ ਦੇ ਅੰਦਰੋਂ ਹੁਣ ਆਵਾਜ਼ ਨਹੀਂ ਨਿਕਲ ਰਹੀ, ਸਰੀਰ ਜ਼ਿਆਦਾ ਘੁੱਟ ਹੋ ਗਿਆ ਸੀ, ਪਰ ਕਹਿੰਦੇ ਸੋਹਣੇ ਮੁਖੜੇ ਨਾਲ ਨਾਂ ਦਾ ਇਸ਼ਾਰਾ ਕਰਤਾ, ਆਖੋ ਸਤਨਾਮ। ਕਹਿੰਦੇ ਕ੍ਰੋਧ ਵਿੱਚ ਆ ਕੇ ਕਹਿੰਦਾ ਇਹਨਾਂ ਦੀਆਂ ਸ਼ਾਹ ਰੰਗਾਂ ਕੱਟ ਦਿਓ। ਸਮਾਣੇ ਦੇ ਜਲਾਦ ਸੀ ਜਿਹਨਾਂ ਦਾ ਕੇਸ ਚੱਲਦਾ ਸੀ ਇਹਦੀ ਕਚਹਿਰੀ 'ਚ, ਉਹ ਕਹਿੰਦਾ ਸਾਡਾ ਕੇਸ ਖਤਮ ਕਰਦੇ, ਅਸੀਂ ਇਹ ਕੰਮ ਕਰ ਦਿੰਦੇ ਹਾਂ। ਉਹਨਾਂ ਨੇ ਦੋਵਾਂ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਆਪਣੀਆਂ ਨਾ ਲੱਤਾਂ ਦੇ ਵਿੱਚ ਘੁੱਟ ਕੇ ਮੁਖੜੇ ਤਾਂ ਨੂੰ ਕਰਕੇ ਤੇ ਸ਼ਾਹ ਰੰਗਾਂ ਤੇ ਛੁਰੇ ਫੇਰਤੇ। ਕਹਿੰਦੇ ਜਿਹੜੇ ਵੱਡੇ ਸਾਹਿਬਜ਼ਾਦੇ ਸੀ ਨਾ ਬਾਬਾ ਜ਼ੋਰਾਵਰ ਸਿੰਘ ਜੀ, ਉਹਨਾਂ ਦਾ ਸਰੀਰ 1.5 ਮਿੰਟ ਤੜਫਿਆ ਸ਼ਹੀਦ ਹੋ ਗਏ। ਬਾਬਾ ਫਤਿਹ ਸਿੰਘ ਜੀ 1.5 ਘੜੀ, ਕਹਿੰਦੇ 12 ਮਿੰਟ ਸਰੀਰ ਉਹਨਾਂ ਦਾ ਤੜਫਦਾ ਰਿਹਾ ਸੀ, ਆਖੋ ਸਤਨਾਮ। ਪਰ ਇੱਕੋ ਹੀ ਗੱਲ ਦੀਵਾਰਾਂ ਵਿੱਚ ਖੜੇ ਕਹਿ ਰਹੇ ਸੀ, ਨੀਆਂ ਵਿੱਚ ਖੜੇ, ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ, ਸਿਰ ਦੇ ਦਿਓ ਧਰਮ ਨਾ ਛੱਡਿਓ, ਹਾਂ ਨੀਹਾਂ ਵਿੱਚੋਂ ਲਾਲ।
रो रो के हाल सुनाया माता जी तेरे सोने लाल मुड़ के नहीं आने लगे। जो सारी वार्ता सुनाई ना माता गुजरी जी ने नेत्र बंद किए दस द्वार राही सवास चढ़ाए तो उत्थे शीतियां पा गए। बड़िया ने लिखिया कहिंदे माता जी ने उपरों छाल मारती, कई लिखिया उन्होंने धक्का दे दिता, पर बाबा नंद सिंह जी लिखते हैं, मैं तो महापुरखों को पहल दिना उन्होंने प्यारे बाबा नंद सिंह जी लिखते कहिंदे कि उन्होंने दसव द्वार राही सवास चढ़ाए सचखंड पहुंच गए साहबजादियों के कोल। आखो सतनाम श्री वाहिगुरु। संगत ने मेरा नाम गुजरी, मैं गुरु गोबिंद सिंह दी मां गुजरी। मां गुजरी मैं गुजर गुजर के गुजरी हाँ, कई बारी ते कई कई थां गुजरी। संगत ने मेरा नाम गुजरी, मैं गुरु गोबिंद सिंह दी मां गुजरी। मेरा 9 साल का पुत्र सी जद पति धर्म लई लड़न गया, दिल्ली दे उन्हां राहां ते हिंदू धर्म दी रखिया करन गया। जद तकिया सीस सी अखियां ने, जद तकिया सीस किसी दा फोन आ रिहा, जद तकिया सीस सी अखियां ने, पहली बार मैं उसे थां गुजरी। संगत ने मेरा नाम गुजरी, मैं गुरु गोबिंद सिंह दी मां गुजरी। मेरे वड्डे पोतिया चमकौर दी जंग विच लड़दियां शहीदियां दे दित्तियां, ਉਹ ਪਿਆਸੇ ਜੰਗ ਵਿੱਚ ਲੜਦੇ ਰਹੇ, ਦੋ ਬੂੰਦਾਂ ਪਾਣੀ ਦੀਆਂ ਨਾ ਦਿੱਤੀਆਂ। ਜੋ ਮੁੜ ਕੇ ਕਦੇ ਨਾ ਆਉਣੀ ਸੀ ਮੇਰੇ ਵਿਹੜੇ ਚੋਂ ਐਸੀ ਛਾਂ ਗੁਜਰੀ। ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੁਰੂ ਗੋਬਿੰਦ ਸਿੰਘ ਦੇ ਮਾਂ ਗੁਜਰੀ। ਠੰਡੇ ਬੁਰਜ ਚ ਬੈਠ ਕੇ ਪੋਤਿਆਂ ਨੂੰ ਮੈਂ ਸਾਰੀ ਰਾਤ ਸਮਝਾਉਂਦੀ ਰਹੀ, ਕਿਤੇ ਜ਼ੁਲਮ ਕੇ ਨਾ ਝੁਕ ਜਾਇਓ, मैं यही सबक सिखाउंदी रही। जद पोते मेरे शहीद कीते उदों अपने आप मैं तां गुजरी। संगते नी मेरा नाम गुजरी, मैं गुरु गोबिंद सिंह दी मां गुजरी। मैं गुजर गुजर के गुजरी हाँ, कई बारी ते कई कई थां गुजरी हाँ। संगते नी
मेरा नाम गुजरी। मैं गुरु गोबिंद सिंह दी मां गुजरी। गुरु गोबिंद सिंह महाराज जी उस समय रायकोट राय कल्ले दे घर बैसी नूरे माही नूं भेजिया कि पता लैके आ। नूरे माही दी ते भैण व्याही हुई सी सरहंद विच। इन्हें सारा आके पता लिया। फिर गुरु गोबिंद सिंह महाराज जी ने दसिया सतगुरु जी माता जी भी शहीदियां पा गए साहबजादे नूं इदां इदां तसीहे दे के शहीद किया। बाबा मोती राम जी रोज दुध छकाउंदे हुंदे सी। उन्हां दा सारा परिवार कोल्हू विच पीड़िया गया। उहदे सामने उहदे बच्चे नूं कोल्हू विच दी पीड़िया, उहदे घर वाली नूं, सारे परिवार तों बाद ते बाबा मोती राम जी नूं भी कोल्हू च पीड़िया गया। धानिया बाबा टोडर मल जी जिन्हां ने थां खरीदी अपनी सारी जिंदगी की कमाई लाती उत्ते अपना घर वेच दिता, पर जालमां नूं तरस नहीं आया। अंतम संस्कार तो बाद टोडर मल जी नूं भी शहीद करता। आखो साधना श्री वाहिगुरु। सतगुरु जी इदां ना काई दे थले जड़ दे विच तीर दे नाल मिट्टी कढ़दे सी, इदां जड़ पुट दित्ती। ਕਹਿੰਦੇ ਲੈ ਅੱਜ ਮੁਗਲ ਰਾਜ ਦੀ ਵੀ ਜੜ ਪੱਟੀ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਚੂਗੀ ਉਹਨਾਂ ਦੀ ਜੜ ਜਿਹਤੇ ਸਤਿਗੁਰੂ ਜੀ ਦੀ ਕਿਰਪਾ ਆ। ਰਾਏ ਕੱਲਾ ਵੀ ਮੁਸਲਮਾਨ ਵੀਰ ਸੀ, ਕਹਿੰਦੇ ਤੇਰੀ ਵੀ ਜੜ ਲੱਗੀ ਰਹੂ। ਮਲੇਰਕੋਟਲੇ ਵਾਲੇ ਰਾਜੇ ਉਹਦੀ ਵੀ ਜੜ ਲੱਗੀ ਰਹੂਗੀ ਨਵਾਬ ਦੀ, ਜਿਹਨੇ ਹਾਰ ਦਾ ਨਾਰਾ ਮਾਰਿਆ ਸੀ। ਆਖੋ ਸਤਨਾਮ ਸ਼੍ਰੀ ਵਾਹਿ। ਧੰਨ ਜਿਗਰਾ ਕਲਗੀਆਂ ਵਾਲੇ ਜਿਗਰਾ ਕਲਗੀਆਂ ਵਾਲੇ ਜਿਗਰਾ ਕਲਗੀਆਂ ਵਾਲੇ ਦਾ ਧੰਨ ਜਿਗਰਾ ਕਲਗੀਆਂ ਵਾਲੇ ਦਾ ਧੰਨ ਜਿਗਰਾ ਕਲਗੀਆਂ ਵਾਲੇ ਦਾ ਧੰਨ ਜਿਗਰਾ ਕਲਗੀਆਂ ਵਾਲੇ ਦਾ ਚਾਰ ਪੁੱਤਰ ਧਰਮ ਤੋਂ ਵਾਰੇ ਜੀ ਚਾਰ ਪੁੱਤਰ ਧਰਮ ਤੋਂ ਵਾਰੇ ਹਾਂ ਜਿਗਰਾ ਕਲਗੀਆਂ ਵਾਲੇ ਧੰਨ ਜਿਗਰਾ ਕਲਗੀਆਂ ਵਾਲੇ ਦਾ ਚਾਰ ਪੁੱਤਰ ਧਰਮ ਤੋਂ ਵਾਰੇ ਚਾਰੇ ਪੁੱਤਰ ਧਰਮ ਤੋਂ ਵਾਰੇ ਜਿਗਰਾ ਕਲਗੀਆਂ ਵਾਲੇ ਦਾ ਧੰਨ ਜਿਗਰਾ ਕਲਗੀਆਂ ਵਾਲੇ ਦਾ ਚਾਰ ਪੁੱਤਰ ਧਰਮ ਤੋਂ ਵਾਰੇ ਚਾਰ ਪੁੱਤਰ ਧਰਮ ਤੋਂ ਵਾਰੇ ਧੰਨ ਜਿਗਰਾ ਕਲਗੀਆਂ ਵਾਲੇ ਦਾ ਧੰਨ ਜਿਗਰਾ ਕਲਗੀਆਂ ਵਾਲੇ ਚਾਰ ਪੁੱਤਰ ਧਰਮ ਤੋਂ ਵਾਰੇ ਧੰਨ ਜਿਗਰਾ ਕਲਗੀਆਂ ਵਾਲੇ ਧੰਨ ਜਿਗਰਾ ਬਾਜਾਂ ਵਾਲੇ ਦਾ ਚਾਰ ਪੁੱਤਰ ਧਰਮ ਤੋਂ ਵਾਰੇ ਚਾਰ ਪੁੱਤਰ ਧਰਮ ਤੋਂ ਵਾਰੇ ਧੰਨ ਜਿਗਰਾ ਕਲਗੀਆਂ ਵਾਲੇ ਦਾ ਧੰਨ ਜਿਗਰਾ ਬਾਜਾਂ ਵਾਲੇ ਚਾਰ ਪੁੱਤਰ ਧਰਮ ਤੋਂ ਵਾਰੇ ਪੁੱਤਰ ਧਰਮ ਤੋਂ ਵਾਰੇ ਧੰਨ ਜਿਗਰਾ ਕਲਗੀਆਂ ਵਾਲੇ ਦਾ ਧੰਨ ਜਿਗਰਾ ਵਾਜਾਂ ਵਾਲੇ।